ਅਜੇ ਹੋ ਕੀ ਇਹ ਕਾਦੀ ਘਬਰਾਹਟ ਹੋ ਗਈ ਤੁਹਾਨੂੰ ਕਲੈਕਸ਼ਨ ਤਾਂ ਅਜੇ ਆਉਣੀ ਆ ਉਹ ਨਿਊ ਖੜੇ ਫਿਰਦੇ ਓਏ ਆਪਣੇ ਜਿਹੜੇ ਕੰਮ ਨੇ ਉਹ ਦੱਸੋ ਤੁਸੀਂ ਕਿਉਂ ਘਬਰਾ ਗਏ ਇੰਨੀ ਛੇਤੀ ਕੀ ਗੱਲ ਕੀ ਹੋ ਗਈ ਹੋ ਹਰੇਕ ਚੀਜ਼ ਕੈਪਟਨ ਦੀ ਗੋਦੀ ਚ ਪਾ ਕੇ ਸਿੱਟ ਕੇ ਭਜਣਾ ਚਾਹੁੰਦੇ ਜਿਹੜੇ ਵੀ ਇਹ ਡਰਦੇ ਆ ਉਹ ਮੇਰੇ ਤਾਂ ਸਤਕਾਰਯੋਗ ਉਹਨੇ ਜਾਂ ਤਾਂ ਇਲੈਕਸ਼ਨ ਨਾ ਲੜੋ ਅਸੀਂ ਆਪਣੀ ਮਿਸਟਰੀ ਚ ਆ ਕੀਤਾ ਅਸੀਂ ਆਪਣੀ ਮਿਸਟਰੀ ਚ ਆ ਕੀਤਾ ਜਿਲ੍ਹਿਆਂ ਚ ਜਾ ਜਾ ਦੱਸੋ ਤਾਂ ਗੱਲ ਬਣੇ ਭਾ ਵੀ ਅਭੀ ਅਚਾਰ ਹੀ ਰਹਿ ਗਈ ਅੱਜ ਵੀ ਮੈਨੂੰ ਲੱਗਦਾ ਤੁਹਾਡਾ ਮੀਡੀਆ ਮਗਰੀ ਸੀ ਉਹ ਚਾਰ ਹੀ ਰਹਿ ਗਏ ਬਾਕੀ ਤਾਂ ਕੋਈ ਗਿਆ ਹੀ ਨਹੀਂ ਇਸ ਕਰਕੇ ਸਾਰੇ ਐਮਐਲਏ ਨੇ ਕਹਿਤਾ ਵੀ ਭਾਈ ਅਸੀਂ ਬਿਲਕੁਲ ਕੈਪਟਨ ਅਮਰਿੰਦਰ ਸਿੰਘ ਦੇ ਜਿਹੜੀ ਇਹ ਸਾਜ਼ਿਸ਼ ਰਚੀ ਆ ਅਸੀਂ ਬਿਲਕੁਲ ਇਹਦੇ ਨਾਲ ਨਹੀਂ ਗਏ ਇਸ ਕਰਕੇ ਉਹਦਾ ਹਵਾ ਉਦੋਂ ਹੀ ਨਿਕਲ ਗਈ ਇੰਨੀ ਕਰਾ ਕੇ ਆਪ ਹੀ ਮਿਸਟਰੀਆਂ ਛੱਡ ਦੇਣੀਆਂ ਚਾਹੀਦੀਆਂ ਤੇ ਜਿਹੜੇ ਨਵੇਂ ਕੰਮ ਕਰਨ ਆ ਕੇ ਯੋਜਨਾ ਕੰਮ ਕਰਨ ਕਿਉਂਕਿ ਇਹਨਾਂ ਦਾ ਬੱਤਪੇਦ ਇੰਨਾ ਹੋ ਗਿਆ hame to opponent ne luta gairon me kaha dam tha kam bakt kishti hamari wahan doobi jahan pani kam tha eh 17 jarian ne punjab congress de utte bahut tukwiyan ajj kal sabit ho riyan ne kyunki jithe punjab congress de apne hi sainik apne hi captain de viruddh jade ne jang da elan kar chuke ne yani ki punjab cabinet de mantri apne mukhyamantri nu badlan waste high command de kolo farihad karan waste dehradun ponche hoye ne ਇਹ ਸਾਰੇ ਮੁੱਦੇ ਨੂੰ ਲੈ ਕੇ ਕਿਸ ਤਰ੍ਹਾਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਦੇਖਦੇ ਨੇ ਗੱਲਬਾਤ ਕਰਨ ਲਈ ਸਾਡੇ ਨਾਲ ਮਜੂਨੇ ਰਵਨੀਤ ਬਿੱਟੂ ਬਿੱਟੂ ਜੀ ਲਗਾਤਾਰ ਜਿਹੜੀ ਹੈਗੀ ਇਹ ਖਾਣਾ ਜੰਗੀ ਚੱਲਦੀ ਸੀਗੀ ਪਰ ਹੁਣ ਜਿਹੜਾ ਵਾ ਪੰਜਾਬ ਕਾਂਗਰਸ ਦੇ ਵਿੱਚ ਜੰਗ ਵਰਗੇ ਹਾਲਾਤ ਦੇਖਣ ਨੂੰ ਮਿਲ ਰਹੇ ਨੇ ਆਪਣੇ ਹੀ ਸੈਨਿਕ ਆਪਣੇ ਹੀ ਕੈਪਟਨ ਨੂੰ ਬਦਲਣ ਵਾਸਤੇ ਹਾਈ ਕਮਾਂਡ ਤੋਂ ਫਰਿਆਦ ਲਾ ਰਹੇ ਨੇ ਕਿਸ ਤਰ੍ਹਾਂ ਦੇਖਦੇ ਹੋ ਪਹਿਲਾਂ ਮੇਰੀ ਬੇਨਤੀ ਸੁਣੋ ਹੁਣ ਜ਼ਮਾਨਾ ਕਿਸ਼ਤੀਆਂ ਦਾ ਚੱਪੂਆਂ ਦਾ ਜ਼ਮਾਨਾ ਨਹੀਂਗਾ ਹੁਣ ਪੰਡੁੱਬੀਆਂ ਪਤਾ ਨਾ ਪਾਣੀ ਦੇ ਥੱਲੇ ਹੀ ਚੱਲਦੀਆਂ ਤੇ ਸਮਰੀਨ ਉੱਥੋਂ ਹੀ ਮਿਜ਼ਾਈਲਾਂ ਚੱਲਦੀਆਂ ਏ ਤੇ ਇਸ ਕਰਕੇ ਇਹ ਵਿੱਚੋਂ ਹੀ ਜਿਹੜੇ ਸਾਡੀ ਪਾਰਟੀ ਦੇ ਵਿੱਚੋਂ ਹੀ ਨੇ ਨਾ ਇਹ ਵੀ ਉਹ ਪੰਡੂਬੀਆਂ ਏ ਉੱਤੋਂ ਨਹੀਂ ਦਿਖਦੀਆਂ ਇਹ 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 ਥੱਲਿਓਂ ਜਿਹੜੀਆਂ ਵਾਰ ਕਰਦੀਆਂ ਏ ਉੱਥੋਂ ਇਹ ਜਿਹੜਾ ਇਹ ਆਪ ਲੌਂਚਰ ਲਾਂਚ ਪੈਡ ਆ ਜਿਹੜਾ ਉਹ ਥੱਲੇ ਬਣਾਇਆ ਇਹਨਾਂ ਨੇ ਚਲੋ ਉਹ ਇੱਕ ਅਲੱਗ ਗੱਲ ਆ ਬਟ ਇੱਕ ਗੱਲ ਮੇਰੇ ਜਿੰਨੇ ਵੀ ਮੰਤਰੀ ਨੇ ਮੇਰੇ ਇਹ ਸਾਰੇ ਸਤਕਾਰਯੋਗ ਨੇ ਕਿ ਸ਼ੇਦ ਆਜ਼ਮ ਸਤਾਰ ਬਿਆਨ ਸਿੰਘ ਦੀ 92 ਤਕਰੀਬਨ ਸਾਰੇ ਹੀ ਐਮਐਲਏ ਉਸ ਵੇਲੇ ਦੇ ਨੇ ਕੁਝ ਐਸੇ ਜਿਨ੍ਹਾਂ ਦੇ ਪਿਤਾ ਸਹਿਬਾਨ ਉਸ ਵੇਲੇ ਐਮਐਲਏ ਮੰਤਰੀ ਸੀ ਉਹਨਾਂ ਦੇ ਨਾਲ ਇਸ ਕਰਕੇ ਬਹੁਤ ਵਧੀਆ ਇੱਕ 92 ਸੰਘਰਸ਼ ਤੋਂ ਬਾਅਦ ਇਹ ਕਾਂਗਰਸ ਪਾਰਟੀ ਬਣ ਕੇ ਇਹ ਤਿਆਰ ਹੋਈ ਸੀ ਜਿਨੇ ਹਰ ਚੀਜ਼ ਦੇਖੀ ਸੀ ਹਰ ਦੌਰ ਦੇਖਿਆ ਸੀ ਉਦੋਂ ਸੱਤਾ ਤਾਂ ਨੇੜੇ ਤੇੜੇ ਨਹੀਂ ਸੀ ਪਰ ਈਸ਼ਵਰ ਨਾ ਜਾਣੇ ਕੀ ਹੋਇਆ 2007 ਚ ਵੀ ਚਲੋ ਉਹ ਜਿਹੜੀ ਸਰਕਾਰ ਸੀ ਬਹੁਤ ਵਧੀਆ ਚੱਲੀ ਉਸ ਵੇਲੇ ਵੀ ਜਿਹੜਾ ਇਹ ਗੱਲ ਹੋਈ ਸੀ ਪਰ ਅਸੀਂ ਆਪ ਉਹਦੇ ਵਿੱਚ ਸੀ ਪਰ ਉਦੋਂ ਹਾਈ ਕਮਾਂਡ ਨੇ ਜਦੋਂ ਹੁਕਮ ਕਰਤਾ ਸੀ ਵੀ ਨਹੀਂ ਜੋ ਅਸੀਂ ਇਹ ਫੈਸਲਾ ਕਰਤਾ ਇਹ ਤੁਹਾਨੂੰ ਇਹ ਹੁਕਮ ਆ ਪਾਰਟੀ ਹਾਈ ਕਮਾਂਡ ਦਾ ਮੰਨਣਾ ਪਏਗਾ ਉਦੋਂ ਤੇਜਪ੍ਰਕਾਸ਼ ਜੀ ਤਾਇਆ ਜੀ ਅਸੀਂ ਇਸੇ ਤਰੀਕੇ ਨਾਲ ਹੋਰ ਭੁੱਲਰ ਸਾਹਿਬ ਸੀ ਹੋਰ ਕਈ ਸੀ ਉਦੋਂ ਮinistries ਤੋਂ ਲਾ ਦਿੱਤੇ ਗਏ ਸੀ ਪਰ ਉਦੋਂ ਬਾਅਦ ਆ ਕੇ ਕੋਈ ਬੋਲਿਆ ਨਹੀਂ ਸੀ ਜੋ ਹੁਕਮ ਸੀ ਹਾ ਪਾਰਟੀ ਹਾਈ ਕਮਾਂਡ ਦਾ ਕੈਪਟਨ ਸਾਹਿਬ ਦਾ ਉਹ ਉਦੋਂ ਬਾਅਦ ਉਹਨੂੰ ਮੰਨੇ ਆ ਫਿਰ ਉਦੋਂ ਬਾਅਦ ਪਾਰਟੀ 10 ਸਾਲ ਜਿਹੜੀ ਆ ਉਹ ਜੂਝਦੀ ਰਹੀ ਫਿਰ ਅਖੀਰ ਜਦੋਂ ਕੈਪਟਨ ਅਮਰਿੰਦਰ ਸਿੰਘ ਦਾ ਸਭ ਨੇ ਕਿਹਾ ਵੀ ਜੇ ਮੁੱਖ ਮੰਤਰੀ ਡਿਕਲੇਅਰ ਕਰੋਗੇ ਪਹਿਲੀ ਵਾਰ ਹੋਇਆ ਕਦੇ ਹੋਇਆ ਨਹੀਂ ਸੀ ਹੋਵੇ ਇਹ ਪਹਿਲੀ ਵਾਰ ਉਦੋਂ ਹੋਇਆ ਵੀ ਮੁੱਖ ਮੰਤਰੀ ਪਹਿਲਾਂ ਡਿਕਲੇਅਰ ਕੀਤਾ ਕਾਂਗਰਸ ਪਾਰਟੀ ਨੇ ਜੋ ਕਿ ਆਮ ਆਦਮੀ ਪਾਰਟੀ ਅਕਾਲੀ ਦਲ 10 ਸਾਲ ਬੀਜੇਪੀ ਰਾਜ ਕਰ ਚੁੱਕੀ ਸੀ ਇੱਕ ਇਹ ਜਾਂ ਚਿਹਰਾ ਸੀ ਜਿਹਦੇ ਤੇ ਲੋਕਾਂ ਨੇ ਭਰੋਸਾ ਕਰਕੇ ਇਹ 5 ਸਾਲ ਦੀ ਸਰਕਾਰ ਬਣਾਈ ਆ ਉਹ ਕੈਪਟਨ ਦੇ ਨਾਂ ਤੇ ਬਣੀ ਹੋਈ ਸਰਕਾਰ ਆ ਕੈਪਟਨ ਜਿਹੜੇ ਵਾਅਦੇ ਵੀ ਕੀਤੇ ਆ ਉਹ ਵੀ ਮੈਂ ਮੰਨਦਾ ਜਿਹੜੇ ਅਸੀਂ ਕਹਿੰਦੇ ਆ ਵੀ ਪੂਰੇ ਹੋਏ ਨਹੀਂ ਹੋਏ ਉਹ ਵੀ ਕੈਪਟਨ ਅਮਰਿੰਦਰ ਸਿੰਘ ਜਦੋਂ ਇੱਕ ਪਾਰਟੀ ਦੇ ਪ੍ਰਧਾਨ ਸੀ ਦੇਖੋ ਦੂਜੀ ਗੱਲ ਇਹ ਕੈਪਟਨ ਤੁਸੀਂ ਆਮ ਕੈਪਟਨ ਦੀ ਗੱਲ ਨਾ ਕਰੋ ਜਦੋਂ ਲੋਡ ਪਈ ਦੇਸ਼ ਦੇ ਵਿੱਚ ਦੂਜੇ ਨੰਬਰ ਤੇ ਸੀ ਅਰຸນ ਜੇਟਲੀ ਜੀ ਦੂਜੇ ਨੰਬਰ ਤੇ ਮੋਦੀ ਜੀ ਨੇ ਪ੍ਰਧਾਨ ਮੰਤਰੀ ਜਦੋਂ ਉਹਨਾਂ ਨੂੰ ਵੀ ਐਲਾਨਤਾ ਸੀ ਪਹਿਲਾਂ ਉਦੋਂ ਮੱਦ ਅਮਿਤ ਸ਼ਾਹ ਤੋਂ ਪਹਿਲਾਂ ਜਿਹੜੇ ਆ ਉਹ ਜੇਟਲੀ ਉਹਨਾਂ ਦਾ ਨਾਮ ਸੀ ਅਰຸນ ਜੇਟਲੀ ਉਹ ਅਮਰਸਰ ਆਏ ਤੇ ਕਿਸੇ ਦੀ ਹਿੰਮਤ ਨਹੀਂ ਪਈ ਤੇ ਪਾਰਟੀ ਨੇ ਹੁਕਮ ਕੀਤਾ ਕੈਪਟਨ ਅਮਰਿੰਦਰ ਸਿੰਘ ਵੀ ਜਾ ਕੇ ਇਹ ਭਾਜਪਾ ਨਾ ਇੱਥੇ ਠੱਲ ਪਾਓ ਟੱਕਰ ਲਓ ਉਹ ਅਰੁਣ ਜੇਟਲੀ ਨੂੰ ਵੀ ਜਿਹੜੀ ਲਹਿਰ ਸੀ ਭਾਜਪਾ ਦੀ ਜਿਹੜਾ ਤੂਫਾਨ ਸੀ ਭਾਜਪਾ ਦੀ ਸੁਨਾਮੀ ਜਿਹਨੂੰ ਕਹਿੰਦੇ ਨੇ ਉਹਨੂੰ ਅਮਰਸਰ ਸਾਹਿਬ ਚ ਰੋਕਿਆ ਕੈਪਟਨ ਅਮਰਿੰਦਰ ਸਿੰਘ ਨੇ ਅਦਰ ਮੈਂ ਉਦੋਂ ਲੁਧਿਆਣਾ ਹੀ ਲੜ ਰਿਹਾ ਸੀ ਲੋਕਾਂ ਨੇ ਜਿਤਾਇਆ ਉਦੋਂ ਬਾਅਦ ਫੇਰ 17 ਦੀ ਗੱਲ ਆ ਗਈ 17 ਚ ਕਹਿੰਦੇ ਜੀ ਇਹ ਮੈਨੂੰ ਯਾਦ ਆ ਚੰਗੀ ਤਰ੍ਹਾਂ ਲੋਕੀ ਤਾਂ ਬੜੀਆਂ ਗੱਲਾਂ ਕਰਦੇ ਆ ਮੈਂ 1 ਮਿੰਟ ਲਵਾਂਗਾ ਸਾਰੇ ਲੀਡਰਾਂ ਨੂੰ ਪੁੱਛ ਲਿਆ ਸਾਰੇ ਲੀਡਰਾਂ ਨੂੰ ਪੁੱਛ ਲਿਆ ਉਹਦੇ ਵਿੱਚ ਨਵਜੋਤ ਸਿੱਧੂ ਜੀ ਵੀ ਸੀ ਉਹਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਵੀ ਸੀ ਉਹ ਚ ਪ੍ਰਤਾਪ ਸਿੰਘ ਬਾਜਵਾ ਜੀ ਸੀ ਹੋਰ ਸੀਨੀਅਰ ਲੀਡਰ ਸੀ ਵੀ ਭਾਈ ਆਮ ਆਦਮੀ ਪਾਰਟੀ ਇਹ ਕਹਿ ਰਹੀ ਆ ਪ੍ਰਚਾਰ ਕਰ ਰਹੀ ਆ ਵੀ ਜਿਹੜਾ ਸੁਖਵੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਖਿਲਾਫ ਜਿਹੜੇ ਆ ਅਸੀਂ ਤਾਂ ਭਗਵੰਤ ਮਾਨ ਨੂੰ ਖੜਾ ਕੀਤਾ ਏ ਅਸੀਂ ਤਾਂ ਉਹ ਜਰਨੈਲ ਸਿੰਘ ਉਹਨਾਂ ਦੀ ਮਿਲਦਾ ਜਿਹੜੇ ਦਿੱਲੀ ਤੋਂ ਉਸ ਵਲੇ ਐਮਐਲਏ ਸੀ ਉਹਨਾਂ ਨੂੰ ਖੜਾ ਕੀਤਾ ਲਿਆ ਕੇ ਬੜੇ ਬਾਦਲ ਸਾਹਿਬ ਦੇ ਲੰਬੀ ਤੇ ਇੱਕ ਪ੍ਰਚਾਰ ਇਹ ਹੋ ਰਿਹਾ ਵੀ ਭਾਈ ਅਸਲੀ ਲੜਾਈ ਤਾਂ ਜਿਹੜੀ ਆਮ ਆਦਮੀ ਪਾਰਟੀ ਲੜ ਰਹੀ ਆ ਬਾਦਲਾਂ ਦੇ ਨਾਲ ਉਹਨਾਂ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਜਿਹੜੇ ਸੀਐਮ ਦੇ ਚਿਹਰੇ ਨੇ ਉਹ ਲੜ ਰਹੇ ਆ ਤੇ ਕਾਂਗਰਸ ਪਾਰਟੀ ਉੱਥੇ ਕਮਜ਼ੋਰ ਕੈਂਡੀਡੇਟ ਖੜੇ ਕਰ ਰਹੀ ਆ ਅੱਜ ਤਾਂ ਉਹ ਗੱਲ ਹੋਰ ਕਹਿੰਦੇ ਆ ਲੋਕ ਮੀਡੀਆ 'ਚ ਮੈਂ ਵੀ ਸੁਣਦਾ ਉਹ ਵੀ ਨਹੀਂ ਜੀ ਨਹੀਂ ਇਹ ਤਾਂ ਬਾਦਲਾਂ ਨੂੰ ਦਿਟਾਉਣ ਗਏ ਸੀ ਤਬੀਸ ਹਨੂ ਕੀ ਬੇਫਤਾ ਪਈ ਆ ਬਾਦਲਾਂ ਨੂੰ ਬਾਦਲ ਜਿੱਤ ਨਹਾਰਮ ਸਾਨੂੰ ਇਹਦੇ ਨਾਲ ਕੀ ਲੈਣਾ ਅਸੀਂ ਆਪਣੀ ਪਾਰਟੀ ਦੇਖਣੀ ਆ ਵੀ ਸਾਨੂੰ ਅਸੀਂ ਤਾਕਤ ਕਿਵੇਂ ਆਉਨੇ ਆ ਉਹ ਤਾਂ 10 ਸਾਲ ਦਾ ਸੱਤਾ ਸੀਗੇ ਉਦੋਂ ਜਦੋਂ ਇਹ ਹੁਕਮ ਹੋਇਆ ਪਾਰਟੀ ਹਾਈ ਕਮਾਂਡ ਦਾ ਸਾਡਾ ਫੈਸਲਾ ਤਾਂ ਨਹੀਂ ਸੀ ਵੀ ਅਸੀਂ ਨਿੱਜੀ ਫੈਸਲਾ ਆਪ ਕਰ ਲਿਆ ਪਾਰਟੀ ਹਾਈ ਕਮਾਂਡ ਦਾ ਸੀ ਵੀ ਨਹੀਂ ਜੇ ਉਹਨਾਂ ਦਾ ਭਗਵੰਤ ਮਾਨ ਪ੍ਰਧਾਨ ਲੜ ਰਿਹਾ ਇਲੈਕਸ਼ਨ ਤਾਂ ਉੱਥੇ ਰਵਨੀਤ ਬਿੱਟੂ ਆ ਜਿਹੜਾ ਜਾ ਕੇ ਜਲਾਲਾਬਾਦ ਇਲੈਕਸ਼ਨ ਲੜੂਗਾ ਕਿਉਂਕਿ ਸਰਕਾਰ ਆਮ ਆਦਮੀ ਪਾਰਟੀ ਦੀ ਬਣ ਰਹੀ ਸੀ ਉਹਨਾਂ ਅਕਾਲੀ ਦਲ ਨੂੰ ਤਾਂ ਲੋਕ ਬਿਲਕੁਲ ਜਿਹੜਾ ਏ ਉਹ ਮਤਲਬ ਆਮ ਆਦਮੀ ਪਾਰਟੀ ਨੂੰ ਲੋਕ ਬੜਾ ਉਸ ਵੇਲੇ ਜ਼ੋਰ ਸੀ ਐਨਆਰਆਈਆਂ ਦਾ ਬੜਾ ਜ਼ੋਰ ਸੀ ਤੇ ਲੰਬੀ ਚੋਂ ਨਹੀਂ ਮੈਨੂੰ ਦੱਸੋ ਸ਼ੌਕ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਹਾਰਨ ਦਾ ਇੱਕ ਚੀਫ ਮਿਨਿਸਟਰ ਦਾ ਕੈਂਡੀਡੇਟ ਹੋਵੇ ਅਨਾਉਂਸ ਕੀਤੇ ਹੋਣ ਤੇ ਉਹ ਪਟਿਆਲੇ ਤੋਂ ਜਿਹੜੀ ਆ ਉਹ ਬੜੀ ਵੱਡੀ ਲੀਡ ਤੋਂ ਜਿੱਤ ਰਹੇ ਹੋਣ ਤੇ ਉਹਨਾਂ ਨੂੰ ਹਾਰਨਾ ਲੰਬੀ ਤੋਂ ਕਹੋਣਾ ਕਿਸੇ ਨੂੰ ਸ਼ੌਕ ਆ ਇਹ ਕਹਿੰਦੇ ਆ ਨਾ ਗੱਲਾਂ ਤੇ ਕੈਪਟਨ ਅਮਰਿੰਦਰ ਸਿੰਘ ਉਸ ਵੇਲੇ ਲੰਬੀ ਚ ਪ੍ਰਕਾਸ਼ ਸਿੰਘ ਬਾਦਲ ਤੇ ਜਰਨੈਲ ਸਿੰਘ ਦੇ ਉਲਟ ਲੜੇ ਹਜੇ ਉਹਨਾਂ ਨੇ ਕਿਹਾ ਵੀ ਮੈਂ ਸਾਰੇ ਪੰਜਾਬ ਚ ਕੈਂਪੇਨ ਕਰਨੀ ਆ ਬਈ ਮੈਂ ਕਿਵੇਂ ਜਾ ਕੇ ਲੰਬੀ ਕੈਂਪੇਨ ਕਰੂੰਗਾ ਮੈਂ ਜੇ ਤੁਸੀਂ ਮੈਨੂੰ ਇੱਕ ਸੀਟ ਤੇ ਉਲਝਾ ਦੋਗੇ ਤੇ ਮੈਂ ਸਾਰੇ ਪੰਜਾਬ ਚ ਕੈਂਪੇਨ ਕਰਨੀ ਆ ਪਰ ਉਹਨਾਂ ਨੇ ਫਿਰ ਵੀ ਹਾਂ ਕੀਤੀ ਉਹ ਜਰਨੈਲ ਨੇ ਪਟਿਆਲੇ ਤੋਂ ਬਹੁਤ ਵੱਡੀ ਜਿੱਤ ਹੋਈ ਪਰ ਲੰਬੀ ਤੋਂ ਹਾਰੇ ਮੈਂ ਵੀ ਉੱਥੇ ਜਲਾਲਾਬਾਦ ਤੋਂ ਹਾਰ ਸੈਣੀ ਤੇ ਕਹਾਣੀ ਬੜੀ ਔਖੀ ਆ ਪਰ ਇਹ ਪਾਰਟੀ ਦੇ ਹੁਕਮ ਕਿਸੇ ਨੇ ਕਿਉਂ ਨਾ ਮੰਨੇ ਮੈਂ ਔਨ ਰਿਕਾਰਡ ਇਹ ਗੱਲ ਕਹਿਣਾ ਹੈ ਕੋਈ ਮਜੀਠੀਆ ਦੇ ਉਲਟ ਜਾ ਕੇ ਉਸ ਵੇਲੇ ਤਿਆਰ ਨਹੀਂ ਸੀ ਇਲੈਕਸ਼ਨ ਲੜਨ ਨੂੰ ਜਿਹੜੇ ਅੱਜ ਬੜੇ-ਬੜੇ ਨਾਂ ਕਹਿੰਦੇ ਆ ਆਪਣੇ ਆਪ ਨੂੰ ਕੋਈ ਵੀ ਹੋਰ ਖਿਲਾਫ ਕਿਸੇ ਦੇ ਸੁਖਵੀਰ ਦੇ ਜਾਂ ਹੋਰ ਲੜਾ ਨੂੰ ਤਿਆਰ ਨਹੀਂ ਸੀ ਉਦੋਂ ਕੌਣ ਲੜਿਆ ਕੈਪਟਨ ਅਮਰਿੰਦਰ ਸਿੰਘ ਲੜਿਆ ਮੈਨੂੰ ਇਹ ਹੁਕਮ ਕੀਤਾ ਵੀ ਬਿੱਟੂ ਦੱਸ ਮੈਨੂੰ ਅੱਜ ਵੀ ਯਾਦ ਆ ਟੈਲੀਫੋਨ ਤੇ ਵੀ ਕਿਹੜੇ ਬਾਦਲ ਨਾਲ ਵੱਡੇ ਨਾਲ ਲੜਨਾ ਛੋਟੇ ਨਾਲ ਲੜਨਾ ਮੈਂ ਕਿਹਾ ਪਾਰਟੀ ਮਜੀਠੀਆ ਦੇ ਖਿਲਾਫ ਕਿੰਨੂੰ ਉਤਾਰਨਾ ਚਾਹੁੰਦੀ ਸੀ ਤੇ ਕਿੰਨੇ ਨਾ ਕੀਤੀ ਸੀ ਨਹੀਂ ਮੈਂ ਤਾਂ ਤੁਹਾਨੂੰ ਸਾਰਿਆਂ ਦੇ ਕਿਸੇ ਐਗਜ਼ੈਕਟ ਇਹ ਨਹੀਂ ਸੀ ਕਿਸੇ ਦਾ ਕਿਸੇ ਦਾ ਨੌ ਕੀ ਸੀ ਪਰ ਮੈਂ ਤੁਹਾਨੂੰ ਦੱਸਿਆ ਵੀ ਇਹ ਇੱਕ ਸੂਚੀ ਬਣੀ ਕਿਉਂਕਿ ਉਦੋਂ ਪ੍ਰਸ਼ਾਂਤ ਕਿਸ਼ੋਰ ਹਣੀ ਇਹ ਸਾਰਾ ਕੁਝ ਕਰ ਰਹੇ ਸੀ ਬਈ ਇਹ ਪੰਜ ਚਿਹਰੇ ਨੇ ਵੱਡੇ ਚਿਹਰੇ ਆ ਉਹਨਾਂ ਦੇ ਵੱਡੇ ਚਿਹਰਿਆਂ ਨਾਲ ਇਲੈਕਸ਼ਨ ਲੜੋ ਤੇ ਉਹਦੇ ਵਿੱਚੋਂ ਮੈਂ ਤੁਹਾਨੂੰ ਦੱਸਦਾ ਵੀ ਕੈਪਟਨ ਅਮਰਿੰਦਰ ਸਿੰਘ ਤੇ ਮੈਂ ਉਸ ਇਲੈਕਸ਼ਨ ਨੂੰ ਜਿਹੜੇ ਆ ਉਹ ਲੜੇ ਬਾਕੀ ਉਸ ਵੇਲੇ ਨਵਜੋਤ ਸਿੱਧੂ ਵੀ ਉਹਨਾਂ ਨੂੰ ਵੀ ਪੁੱਛਿਆ ਗਿਆ ਸੀ ਤੁਸੀਂ ਹੁਣ ਰਿਕਾਰਡ ਕਦੇ ਪੁੱਛ ਸਕਦੇ ਹੋ ਉਹਦੇ ਮਨਪ੍ਰੀਤ ਸਿੰਘ ਬਾਦਲ ਨੂੰ ਵੀ ਪੁੱਛਿਆ ਗਿਆ ਸੀ ਉਦੋਂ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਵੀ ਪੁੱਛਿਆ ਗਿਆ ਸੀ ਤੇ ਇਸ ਕਰਕੇ ਉਹ ਕੋਈ ਐਨਸੀ ਆਪਣੀ ਆਪਣੀ ਉਹਨਾਂ ਤੋਂ ਰਹਿ ਲਈ ਸੀ ਤੇ ਉਸ ਵੇਲੇ ਕੈਪਟਨ ਬਰਿੰਦਰ ਸਿੰਘ ਲੜੇ ਤੇ ਇਹ ਅੱਜ ਸਾਰੇ ਪੰਜਾਬ ਦੇ ਵਿੱਚ ਸਾਰੇ ਜਿੰਨੇ ਜੇ ਐਮਐਲਏ ਨੇ ਜਿੰਨੇ ਅਸੀਂ ਐਮਪੀ ਹਾਂ ਸਾਡੇ ਕਹਿਣ ਤੇ ਸਾਰੇ ਮੇਅਰ ਬਣੇ ਹੋਏ ਨੇ ਸਾਡੇ ਕਹਿਣ ਤੇ ਸਾਰੇ ਚੇਅਰਮੈਨ ਲੱਗੇ ਹੋਏ ਨੇ ਸਾਡੇ ਕਹਿਣ ਤੇ ਕੱਲੀ ਕੱਲੀ ਸਰਪੰਚੀ ਦੀਆਂ ਇਲੈਕਸ਼ਨਾਂ ਅਸੀਂ ਜਿੱਤੇ ਆ ਬਲਾਕ ਸੰਮਤੀਆਂ ਦੇ ਚੇਅਰਮੈਨ ਲੱਗੇ ਆ ਜ਼ਿਲ੍ਹਾ ਪ੍ਰਸ਼ਦ ਦੇ ਚੇਅਰਮੈਨ ਲੱਗੇ ਹੋਏ ਆ ਪੰਜਾਬ 'ਚ ਅੱਜ ਦੇਖੋ ਤਾਂ ਸਹੀ ਐਮਪੀ ਅਸੀਂ ਉਦੋਂ ਬਾਅਦ ਕਦੇ ਜਿੱਤੇ ਨਹੀਂ 8 ਜਿੱਤੇ ਐਮਪੀ 2019 ਚ ਉਹਨਾਂ ਦੀ ਰਹਿਨਮਾਈ ਚ ਹਜੇ ਹੋ ਕੀ ਇਹ ਕਾਦੀ ਘਬਰਾਹਟ ਹੋ ਗਈ ਤੁਹਾਨੂੰ ਇਲੈਕਸ਼ਨ ਤਾਂ ਹਜੇ ਆਉਣੀ ਆਂ ਹੁਯੋਂ ਓਖੜੇ ਫਿਰਦੇ ਹੋਏ ਆਪਣੇ ਜਿਹੜੇ ਕੰਮ ਨੇ ਉਹ ਦੱਸੋ ਤੁਸੀਂ ਕਿਉਂ ਘਬਰਾ ਗਏ ਇੰਨੀ ਛੇਤੀ ਕੀ ਗੱਲ ਕੀ ਹੋ ਗਈ ਹਰੇਕ ਚੀਜ਼ ਕੈਪਟਨ ਦੀ ਗੋਦੀ ਚ ਪਾ ਕੇ ਸਿੱਟ ਕੇ ਭਜਣਾ ਚਾਹੁੰਦੇ ਹੋ ਜਿਹੜੇ ਵੀ ਇਹ ਡਰਦੇ ਆ ਉਹ ਮੇਰੇ ਤਾਂ ਸਤਕਾਰਯੋਗ ਨੇ ਜਾਂ ਤਾਂ ਇਲੈਕਸ਼ਨ ਨਾਲ ਲੜੋ ਹਾਰ ਜਿੱਤ ਤੋਂ ਕਿਉਂ ਇੰਨਾ ਘਬਰਾਉਨੇ ਹੋ ਇਲੈਕਸ਼ਨ ਇਲੈਕਸ਼ਨ ਆ ਗਈ ਜੀ ਇਲੈਕਸ਼ਨ ਆ ਗਈ ਲੋਕਾਂ ਨੂੰ ਅਸੀਂ ਜਵਾਬ ਕੀ ਦਵਾਂਗੇ ਉਹ ਵੀ ਜਵਾਬ ਤੁਸੀਂ 4.5 ਸਾਲ ਸੋਚਣਾ ਸੀ ਨਾ ਜਦੋਂ ਸਾਰੀਆਂ ਕੁਰਸੀਆਂ ਦੇ ਨਾਲ ਬੈਠੇ ਸੀਗੇ ਕਿਉਂ ਨਾ ਉਦੋਂ ਗੱਲ ਕੀਤੀ ਕਿਉਂ ਨਾ ਮਾਰੀਆਂ ਭਗਾ ਕੇ ਇਹ ਜਿਹੜੀਆਂ ਮਿਨਿਸਟਰੀਆਂ ਛੱਡ ਕੇ ਪਰੇ ਮਾਰੀਆਂ ਹੁਣ ਹੁਣ ਉਧਰ ਤਾਂ ਇਲੈਕਸ਼ਨ ਸਿਰ ਤੇ ਖੜੀ ਆ ਰੋਜ਼ ਨਿਤਨਾਮ ਪਾਰਟੀ ਦੇ ਵਿੱਚ ਇਕਲੇਸ਼ਾ ਕਰ ਲੈਂਦੇ ਆ ਤੇ ਹੁਣ ਹੁਣ ਜਵਾਬ ਦੇ ਤਾਂ ਨਾ ਮਿਲ ਗਿਆ ਨਾ ਜਵਾਬ ਹੁਣ ਹਰੀਸ਼ ਚੌਧਰੀ ਜੀ ਦਾ ਮੈਂ ਹੁਣੀ ਨਾ ਹਰੀਸ਼ रावत ਜੀ ਦਾ ਮੈਂ ਹੁਣੀ ਸੁਣ ਰਿਹਾ ਸੀ ਵੀ ਮਿਲ ਰਹਿਣਗੇ 22 ਤੱਕ ਅਗਲੀ ਇਲੈਕਸ਼ਨ ਵੀ ਲੜ ਇਸ ਕਰਕੇ ਬਹੁਤ ਕਈ ਗੱਲਾਂ ਐ ਜਿਹੜੀਆਂ ਹਰ ਗੱਲਾਂ ਮੀਡੀਆ 'ਚ ਨਹੀਂ ਜਾ ਕੇ ਕਰੀਦੀਆਂ ਇੱਕ ਵਾਰ ਹਾਈ ਕਮਾਂਡ ਨੇ ਤੁਸੀਂ ਗੱਲ ਕੀਤੀ ਖੜਗੇ ਸਾਹਿਬ ਸਭ ਤੋਂ ਸੀਨੀਅਰ ਲੀਡਰ ਨੇ ਆਪੋਜੀਸ਼ਨ ਨੇ ਲੀਡਰ ਨੇ ਪਾਰਟੀ ਦੇ ਉਹ ਚੇਅਰਮੈਨ ਬਣਾਤੇ ਕਮੇਟੀ ਦੇ ਉਦੋਂ ਬਾਅਦ ਹਰੀਸ਼ रावत ਜਿਹੜੇ ਵਿੱਚ ਸੀਗੇ ਸਾਡੇ ਜੈ ਪ੍ਰਕਾਸ਼ ਜੀ ਬੇ ਸਿੱਕਨੇ ਵਾਰ ਤਿੰਨ ਤਿੰਨ ਚਾਰ ਚਾਰ ਵਾਰ ਮਿਲਲੇ ਉਦੋਂ ਬਾਅਦ ਰਾਹੁਲ ਗਾਂਧੀ ਨੇ ਇਕੱਲੇ ਇਕੱਲੇ ਮਿਲਲੇ ਉਦੋਂ ਬਾਅਦ ਸੋਨੀਆ ਗਾਂਧੀ ਜੀ ਮਿਲਲੇ ਉਦੋਂ ਬਾਅਦ ਜਿਹੜਾ ਇਹ ਫੈਸਲਾ ਆਇਆ ਉਹਨੂੰ ਸਭ ਨੇ ਖੜੇ ਮੱਥੇ ਮੰਨੇ ਆ ਕੈਪਟਨ ਅਮਰਿੰਦਰ ਸਿੰਘ ਜਦੋਂ ਤਾਜਪੋਸ਼ੀ ਹੋਈ ਆ ਇਹਨਾਂ ਦੀ ਸਿੱਧੂ ਸਾਹਿਬ ਦੀ ਉਹਦਣਾ ਆਪ ਜਾ ਕੇ ਉਹਨੂੰ ਸਲਾਉਂਦੇ ਰਹੇ ਆ ਉਹਨਾਂ ਦੇ ਪਿਤਾ ਜੀ ਨਾਲ ਵੀ ਉਹਨਾਂ ਨੇ ਭਾਈ ਮੇਰੇ ਮਾਤਾ ਜੀ ਐਮਪੀ ਸੀ ਇਹਨਾਂ ਦੇ ਜਿਹੜੇ ਪਿਤਾ ਜੀ ਸੀ ਉਹਨਾਂ ਦੇ ਨਾਲ ਮੈਂ ਜਦੋਂ ਸਿਆਸਤ 'ਚ ਆਇਆ ਤੇ ਮੇਰੇ ਮਾਤਾ ਜੀ ਨੇ ਮੈਨੂੰ ਰੋਜ਼ ਕਹਿਣਾ ਵੀ ਜਾ ਕੇ ਸਰਦਾਰ ਭਗਵੰਤ ਸਿੰਘ ਉਹਨਾਂ ਤੋਂ ਜਿਹੜੇ ਸਿੱਧੂ ਸਾਹਿਬ ਦੇ ਫਾਦਰ ਨੇ ਮੈਂ ਸ਼ਾਇਦ ਨਾ ਉਹ ਨਾ ਗਲਤ ਲੈ ਗਿਆ ਹਾਂ ਭਗਵਾਨ ਸਿੰਘ ਉਹਨਾਂ ਤੋਂ ਜਿਹੜਾ ਜਾ ਕੇ ਸਿਆਸਤ ਪੋਲਿਟਿਕ ਸਿੱਖੋ ਇੱਥੇ ਤੱਕ ਤਾਂ ਮੰਚ ਤੇ ਗੱਲਾਂ ਹੋਈਆਂ ਫਿਰ ਲੜਾਈ ਕਿਸ ਚੀਜ਼ ਦੀ ਹੈ ਮਤਲਬ ਕਿ ਲੜਾਈ ਵਿੱਚ ਰੇੜਕਾ ਕਿਸ ਚੀਜ਼ ਦਾ ਵਾ ਜੇ ਮਤਲਬ ਕਿ ਸਭ ਕੁਝ ਇੰਨਾ ਕੋ ਸੁਖਾਵਾਂ ਚੱਲ ਰਿਹਾ ਤੇ ਫਿਰ ਆਪਣੇ ਹੀ ਸੀਐਮ ਨੂੰ ਬਦਲਣ ਵਾਸਤੇ ਮੰਤਰੀ ਲਗਾਤਾਰ ਕਿਉਂ ਜਿਹੜੇ ਬਿਆਨ ਦੇ ਰਹੇ ਨੇ ਤਾਂ ਇਹ ਕਿਹਾ ਹੀ ਨਹੀਂ ਸੁਖਾਵਾਂ ਚੱਲ ਰਿਹਾ ਮੈਂ ਤਾਂ ਇਹੀ ਕਹਿ ਰਿਹਾ ਵੀ ਭਾਈ 4 ਮਹੀਨੇ ਰਹਿ ਗਏ ਗੱਲ ਕੀ ਆ ਪਤਾ ਤਾਂ ਲੱਗੇ ਨਾ ਵੀ ਤੁਸੀਂ ਜਿਹੜੇ ਇਸ਼ੂ ਆ ਆਪਾਂ ਕਹਿੰਦੇ ਆ ਸਭ ਤੋਂ ਵੱਡਾ ਇਸ਼ੂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲਾ ਆਪਾਂ ਕਹਿੰਦੇ ਆ ਨਸ਼ੇ ਵਾਲਾ ਇਸ਼ੂ ਆ ਉਹ ਯਾਰ ਹਜੇ 4 ਮਹੀਨੇ ਪਏ ਨੇ ਇਹ ਗੱਲਾਂ ਹੋ ਗਈਆਂ ਹਾਈ ਕਮਾਂਡ ਨੇ ਕਹਿਤਾ ਵੀ 18 ਝੰਡਾ ਪੁਆਇੰਟ ਏਜੰਡਾ ਬਣਾ ਕੇ ਦੇਤਾ ਸਮਝ ਗਏ ਨਾ ਗੱਲ ਜਦੋਂ ਹੌਲੀ ਹੌਲੀ ਉਹ ਗੱਲਾਂ ਜਿਹੜੀਆਂ ਹੋਣਗੀਆਂ ਨਹੀਂ ਹੋਣਗੀਆਂ ਉਦੋਂ ਗੱਲ ਕਰਾਂਗੇ ਨਾ ਹਜੇ ਤਾਂ ਇਲੈਕਸ਼ਨ ਕੋਡ ਲੱਗਣ ਨੂੰ ਟਾਈਮ ਇੰਪਲੀਮੈਂਟ ਕਰਨ ਨੂੰ ਬਾਕੀ ਚੀਜ਼ਾਂ ਜੇ ਕਰਜ਼ਾ ਕਿਸਾਨਾਂ ਦਾ ਮਾਫ਼ ਕੀਤਾ ਆ ਦੇਖੋ ਆ ਭੰਗੜੇ ਪਾਉਂਦੇ ਆ ਕਿਸਾਨ ਭੰਗੜੇ ਕਿਸੇ ਨੇ ਰੇਟ ਦਿੱਤਾ ਸੀ 360 ਰੁਪਏ ਵਧਾ ਕੇ ਉਹ ਮਾਰਿਆ ਉਹੀ ਉਹੀ ਕਿਸਾਨ ਜਿਹੜੇ ਉਹਨਾਂ ਨੇ ਬਾਰਡਰਾਂ ਤੇ ਬਿਠਾ ਕੇ ਰੱਖੇ ਆ ਤਿੰਨ ਦਿਨਾਂ ਚ ਕੈਪਟਨ ਅਮਰਿੰਦਰ ਸਿੰਘ ਦੇ ਮੂੰਹ ਮਿੱਠਾ ਕਰਾ ਕੇ ਨਿਕਲੇ ਯਾਰ ਇਹ ਗੱਲਾਂ ਕਰੋ ਜੇ ਉਦੋਂ ਬਾਅਦ ਕਰਨੀਆਂ ਉਹ 560 ਕਰੋੜ ਜਿਹੜਾ ਵਿਚਾਰੇ ਗਰੀਬ ਆਦਮੀਆਂ ਦਾ ਜਿਹੜਾ ਕਰਜ਼ਾ ਸੀ ਕਿਸਤੇ 10000 ਕਿਸਤੇ 20000 ਇੰਨੇ ਨੇ ਸਾਲਾਂ ਦਾ ਉਹਦੀ ਗੱਲ ਕਰੋ ਮਾਫ ਕੀਤਾ 5000 ਕਰੋੜ ਕਿਸਾਨਾਂ ਦਾ ਮਾਫ ਕੀਤਾ ਇਹ ਸਾਰੀਆਂ ਗੱਲਾਂ ਆਪਾਂ ਕਰਨ ਦੇ ਬਜਾਏ ਉਹ ਤਿੰਨ ਇਸ਼ੂ ਨੇ ਜਿਹੜੇ ਉਹ ਵੀ ਹੋ ਜਾਣਗੇ ਉਬੀ ਉਹਨਾਂ ਦਾ ਵੀ ਟਾਈਮ ਆ ਜਾਊਗਾ ਪਰ ਐਡਡੀਆਂ ਬਜਾਰਤਾਂ ਯਾਰ ਐਡਡੀਆਂ ਮਿਨਿਸਟਰੀਆਂ ਮਿਲੀਆਂ ਇਹ ਦੱਸੋ ਵੀ ਸਾਡੀ ਪਰਫਾਰਮੈਂਸ ਕੀ ਆ ਅਸੀਂ ਆਪਣੀ ਮਿਨਿਸਟਰੀ ਚ ਆ ਕੀਤਾ ਅਸੀਂ ਆਪਣੀ ਮਿਨਿਸਟਰੀ ਚ ਆ ਕੀਤਾ ਜ਼ਿਲ੍ਹਿਆਂ ਚ ਜਾ ਜਾ ਦੱਸੋ ਤਾਂ ਗੱਲ ਬਣੇ ਇਹ 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 ਗੱਲਾਂ ਦੱਸੋ ਵੀ ਅਸੀਂ ਭਾਈ ਕਾਰਪੋਰੇਸ਼ਨ ਜਿਹੜੇ ਸਾਡੇ ਲੋਕਲ ਬਾਡੀਜ਼ ਮਿਨਿਸਟਰੀ ਆ ਅਸੀਂ ਆ ਸ਼ਹਿਰ ਨੂੰ ਆ ਦੇਤਾ ਅਸੀਂ ਭਾਈ ਕੋਪਰੇ ਆਪਣਾ ਜਿਹੜਾ ਰੂਰਲ ਡਿਵੈਲਪਮੈਂਟ ਚ ਆ ਕਰਤਾ ਐਗਰੀਕਲਚਰ ਸੀ ਆ ਕਰਤਾ ਅਸੀਂ ਜਿਹੜਾ ਕੋਆਪਰੇਟਿਵ ਵਿਭਾਗ ਮਹਕਮਾ ਉੱਚਾ ਆ ਕਰਤਾ ਜ਼ਿਲ੍ਹਾ ਦੇ ਵਿਭਾਗ ਵਿੱਚ ਅਸੀਂ ਆ ਕਰਤਾ ਸੁਧਾਰ ਲੋਕਾਂ ਨੂੰ ਪਤਾ ਤਾਂ ਲੱਗੇ ਆਪਾਂ ਚੱਕਦੇ ਹਾਂ ਰੋਜ਼ ਉਹ ਕੈਮਰੇ ਜੇ ਆ ਜਾਂਦੇ ਅਮੂਰੇ ਰੋਜ਼ ਪਤਾ ਨਹੀਂ ਕੀ ਮੈਂ ਸਹੀ ਗੱਲ ਦੱਸਦਾ ਕੈਪਟਨ ਅਮਰਿੰਦਰ ਸਿੰਘ ਦਾ ਕੁਝ ਨਹੀਂ জানা ਮੈਂ ਤੁਹਾਨੂੰ ਸਾਫ਼ ਤਨ ਦੱਸ ਦਿੰਦਾ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਮਿਨਿਸਟਰੀਆਂ ਵੀ ਕਰ ਲਈਆਂ ਸੀ ਮਿਨਿਸਟਰੀਆਂ ਵੀ ਕਰ ਲਈਆਂ ਐਮਪੀ ਵੀ ਰਹਿਲੇ ਐਮਐਲਏ ਵੀ ਰਹਿਲੇ ਮੇਰੀ ਗੱਲ ਇੱਕ ਧਿਆਨ ਨਾਲ ਸੁਣ ਲੋ ਮੈਂ ਆਪਣੇ ਕਾਂਗਰਸੀ ਭਰਾਵਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਉਹ ਬੰਦਾ ਉਹਦੀ ਮਰਜ਼ੀ ਆ 5 ਸਾਲ ਹੋਰ ਕਰਨੇ ਆ ਨਾ ਕਰਨੇ ਆ ਉਹਨਾਂ ਦੀ ਮਰਜ਼ੀ ਆ ਪਰ ਉਹ ਡਾ ਤਯਾਰਬੇਕਰ ਜਦਨ ਮੈਂ ਸਮਝਦਾ ਉਦੋਂ ਪਤਾ ਲੱਗੂਗਾ ਜਦਨ ਬੰਦਾ ਉਹ ਛੱਡ ਕੇ ਚਲਾ ਗਿਆ ਨਾ ਫੇਰ ਘਾਟਾ ਪਤਾ ਲੱਗਦਾ ਬੰਦੇ ਦਾ ਐਮੀ ਅੱਜ ਆਪਾਂ ਰੌਲਾ ਪਾਈ ਜਾਂਦੇ ਕੋਈ ਨੇੜੇ ਤੇੜੇ ਵੀ ਨਹੀਂ ਗਾ ਯਾਰ ਕੋਈ ਨੇੜੇ ਤੇੜੇ ਵੀ ਨਹੀਂ ਹੈ ਉਹਨਾਂ ਦੀ ਸੋਚ ਦੇ ਮੁਤਾਬਕ ਉਹ ਐਡਾ ਬੜਾ ਦਿਲ ਵਾਲਾ ਬੰਦਾ ਇਹ ਇਹੀ ਇਹੀ ਮੈਂ ਕਹਿੰਨਾ ਹਰ ਵਾਰ ਕੈਬਨਟ ਦੇ ਵਿੱਚ ਬਹੁਤ ਗੱਲਾਂ ਹੋਈਆਂ ਉਹ ਤਾਂ ਬਾਹਰ ਆਪਸਰਾਂ ਦੇ ਇਲਜ਼ਾਮ ਲੱਗਦੇ ਆ ਹੋਰ ਲੱਗਦੇ ਆ ਪਰ ਕੋਈ ਸੀਐਮ ਆ ਜਿਹੜਾ ਉਹ ਕਦੇ ਮਿੰਟ ਬਰਦਾਸ਼ਤ ਨਹੀਂ ਕਰਦਾ ਕੋਈ ਸੀਐਮ ਕਦੇ 5 ਐਮਐਲਏ ਇਕੱਠੇ ਨਹੀਂ ਹੋਣ ਦਿੰਦਾ ਪਰ ਇਹ ਚੀਫ ਮਿਨਿਸਟਰ ਜਿਨੇ ਆਪਣੇ ਐਮਐਲਏ ਨੂੰ ਆਪਣੇ ਪੁੱਤਾਂ ਵਾਂਗੂ ਰੱਖਿਆ ਆਪਣੇ ਪਰਿਵਾਰ ਮੰਗੂ ਰੱਖਿਆ ਮਤਲਬ ਕਹਿਣ ਦਾ ਦੁੱਖ ਆਉਂਦਾ ਇਹ 4.5 ਸਾਲ ਅਸੀਂ ਰਾਜ ਭਾਗ ਭੋਗ ਲਏ ਤੇ ਹੁਣ ਅਸੀਂ ਹੁਣ ਅਸੀਂ ਇਹ ਜਿਹੀਆਂ ਗੱਲਾਂ ਕਰੀਏ ਛਟਕਾਰਾ ਪਾਉਨੇ ਆ ਭੱਜਣ ਨੂੰ ਫਿਰਦੇ ਆ ਇਹ ਗੱਲ ਹੋਣੀ ਨਹੀਂ ਹੋਣੀ ਨਹੀਂ ਜਿੰਨਾ ਇਕੱਠੇ ਹੋ ਕੇ ਇਹਨੂੰ ਨਵੇੜ ਲੋਂਗੇ ਦੂਜੀ ਗੱਲ ਯਾਰ ਐਡਾ ਮੌਕਾ ਮਿਲਿਆ ਹੋਇਆ ਦੂਜੇ ਪਾਸੇ ਆਪੋਜੀਸ਼ਨ ਹੀ ਹੈ ਨਹੀਂਗੀ ਦੇਖੋ ਸੁਖਵੀਰ ਬਾਦਲ ਜਿੱਥੇ ਜਾ ਰਿਹਾ ਇਟਾਂ ਪੱਥਰ ਪੈ ਰਹੇ ਆ ਮਾਤਾ-ਮਾਂ ਫੜ ਰਹੀਆਂ ਸਿਕਿਉਰਟੀਆਂ ਬਚਾਪਚਾ ਕੱਢ ਰਹੀਆਂ ਜਿੱਥੇ ਆਮ ਆਦਮੀ ਪਾਰਟੀ ਭਗਵੰਤ ਮਾਨ ਉਹ ਅੱਜ ਦੇਖ ਲਓ ਹੁਣ ਫੋਨ ਮੜਾ ਲਓ ਮਹੀਨਾ ਹੋ ਗਿਆ ਉਹ ਪਤਾ ਹੀ ਨਹੀਂ ਕਿੱਥੇ ਚਲੇ ਗਏ ਜਿਹੜਾ 메ਨ ਚਿਹਰਾ ਏ ਉਹ ਇਸ ਕਰਕੇ ਸਾਡੇ ਕੋਲ ਤਾਂ ਦੂਜੀ ਵਾਰ ਆਉਣ ਦਾ ਲੋਕਾਂ ਨੇ ਬਣਾਈ ਪਈ ਆ ਸਰਕਾਰ ਤੇ ਇਸ ਕਰਕੇ ਇਹ ਇਹ ਕਲੇਸ਼ ਜਿਹੜਾ ਬੰਦ ਕਰਕੇ ਚੰਗਾ ਨਹੀਂ ਹੁੰਦਾ ਹਰ ਵੇਲੇ ਕਲੇਸ਼ ਇਹਨੂੰ ਸਮੇਟੋ ਆਪਸ ਵਿੱਚ ਇਕੱਠੇ ਹੋ ਇਕੱਠੇ ਹੋ ਕੇ ਪਿਆਰ ਨਾਲ ਚੱਲੋ ਨਵਜੋਤ ਸਿੱਧੂ ਜਿਹੜੀ ਵੱਡੀ ਸਭ ਤੋਂ ਥੋੜੀ ਡਿਮਾਂਡ ਸੀ ਉਹ ਪ੍ਰਧਾਨ ਬਣਾਤੇ ਪ੍ਰਧਾਨ ਉਹ ਵਧੀਆ ਕੰਮ ਕਰ ਰਹੇ ਆ ਉਹ ਅੱਗੇ ਆਪਣੇ ਜਨਰਲ ਸੈਕਟਰੀ ਬਣਾਉਣ ਵਾਈਸ ਪ੍ਰੈਜ਼ੀਡੈਂਟ ਬਣਾਉਣ ਜ਼ਿਲ੍ਹਾ ਪ੍ਰਧਾਨ ਬਣਾਉਣ ਇਸ ਪਾਸੇ ਨੂੰ ਚੱਲੋ ਹੁਣ ਉਹ ਹੁਣ ਉਹ ਬਣ ਗਏ ਤਾਂ ਹੁਣ ਅਗਲਾ ਸਟੈਪ ਫੜ ਲਿਆ ਤੇ ਇਸ ਕਰਕੇ ਮੈਂ ਸਮਝਦਾ ਪਾਰਟੀ ਹਾਈ ਕਮਾਂਡ ਵੀ ਇਸ ਗੱਲ ਤੇ ਬੜਾ ਸਖਤ ਸਟੈਂਡ ਉਹਨਾਂ ਨੇ ਲਿਆ ਅੱਜ ਠੀਕ ਉਹਨਾਂ ਨੇ ਗੱਲ ਕੀਤੀ ਆ ਵੀ ਰੋਜ ਦਾ ਇਹ ਕੰਮ ਹਜੇ ਯਾਰ ਹਜੇ ਜਿਹੜੀਆਂ ਕਮੇਟੀਆਂ ਬਣਨੀਆਂ ਹਜੇ ਸਾਡੀ ਜਿਹੜੀ ਕੈਂਪੇਨ ਕਮੇਟੀ ਅਲੱਗ ਬਣਨੀ ਆ ਸਾਡੀ ਮੈਨੀਫੈਸਟੋ ਕਮੇਟੀਆਂ ਬਣਨੀਆਂ ਬੜੇ ਬੰਦਿਆਂ ਨੂੰ ਮੌਕੇ ਮਿਲਣੇ ਆ ਤੇ ਇਸ ਕਰਕੇ ਜੇ ਕੋਈ ਮੈਂ ਤਾਂ ਇਹ ਗੱਲ ਮੈਂ ਕਹਿਣ ਵਾਲਾ ਕੋਈ ਨਹੀਂ ਕਿਉਂਕਿ ਪਾਰਟੀ ਹਾਈ ਕਮਾਂਡ ਦੇ ਕਰਕੇ ਸਾਰੇ ਨੇ ਸਾਰਿਆਂ ਦਾ ਉਜੋਗਦਾਨਾ ਪਰ ਜੇ ਕੋਈ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਥੋੜਾ ਜਿਹਾ ਮੈਂ ਸਮਝਦਾ ਆਪਣੀ ਚੀ ਮਿਨਿਸਟਰੀ ਥੋੜੀ ਜਿਹਾ ਉਹਦੀ ਚੀ ਮਿਨਿਸਟਰੀ ਵਾਲੀ ਗੱਲ ਕਰਨੀ ਚਾਹੀਦੀ ਹੈ ਜਿਹੜਾ ਮਿਨਿਸਟਰ ਕੰਮ ਨਹੀਂ ਕਰਨਾ ਚਾਹੁੰਦਾ ਉਹ ਹਾਈ ਕਮਾਂਡ ਕੋਲ ਜਰੂਰ ਉਸ ਮਿਨਿਸਟਰ ਨੂੰ ਹੱਥ ਜੋੜ ਕੇ ਉਹਨੂੰ ਘਰੇ ਭੇਜਣ ਇੱਥੇ ਨਵੇਂ ਐਮਐਲਏ ਨੌਜਵਾਨਾਂ ਦੀ ਲਾਈਨ ਲੱਗੀ ਆ ਜਿਹੜੇ ਮਿਹਨਤੀ ਨੌਜਵਾਨ ਨੇ ਜਿਹੜੇ ਕੰਮ ਕਰਨਾ ਚਾਹੁੰਦੇ ਆ ਨਵੇਂ ਮਿਨਿਸਟਰ ਵਜ਼ੀਰ ਬਣਾਉਣ ਤੇ ਅਸ਼ਸ਼ ਕਰਦੇ ਫਿਰਨ ਜ਼ਿਲ੍ਹਿਆਂ ਦੇ ਵਿੱਚ ਗਾਹ ਪਾਉਂਦੇ ਇਹ ਇਹ ਕਿੱਧਰ ਨੂੰ ਫਰੀ ਜਾਂਦੇ ਇਹ ਦਿੱਲੀ ਨੂੰ ਫਰੀ ਜਾਂਦਾ ਦੇਹਰਾ ਦੇ ਨੂੰ ਇਹ ਤਾਂ ਉਧਰ ਤਾਂ ਜਿਹੜਾ ਇਹ ਆਪੋਜੀਸ਼ਨ ਆ ਜਿਹੜੀ ਆ ਉਹ ਸਾਨੂੰ ਕਿਤੇ ਲੱਭ ਨਹੀਂ ਰਹੀ ਤੇ ਸਰਕਾਰ ਜੇ ਫਿਰੇ ਦੜਾਂਦੀ ਤੇ ਮੈਂ ਸਮਝਦਾ ਜਿਹੜੇ ਰਾਜ ਭਾਗ ਆ ਉਹ ਦੂਜੀ ਵਾਰ ਤੁਸੀਂ ਤੁਹਾਨੂੰ ਰੱਬ ਦੇਣ ਨੂੰ ਤਿਆਰ ਆ ਲੋਕੀ ਦੇਣ ਨੂੰ ਤਿਆਰ ਆ ਉਹ ਮੌਕਾ ਨਾ ਛੱਡੋ ਪਰ ਹਾਂ ਜਿਹੜੇ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਦਾ ਜਿਨ੍ਹਾਂ ਨੂੰ ਕੰਮ ਪਸੰਦ ਨਹੀਂ ਜਿਹੜੇ ਮਿਨਿਸਟਰ ਮਤਲਬ ਜਿਹੜਾ ਜਿਹੜੇ ਰੋਜ਼ ਆ ਰੋਣਾ ਧੋਣਾ ਹੀ ਕਰੀ ਜਾਂਦੇ ਆ ਉਹਨਾਂ ਨੂੰ ਉਹਨਾਂ ਨੂੰ ਜਲਦੀ ਤੋਂ ਜਲਦੀ ਉਹਨਾਂ ਦੀ ਛੁੱਟੀ ਕਰਕੇ ਉਹਨਾਂ ਨੂੰ ਆਪਣੇ ਹਲਕਿਆਂ 'ਚ ਭੇਜਣ ਉਹ ਪੰਜਾਬ ਦਾ ਬੋਝ ਨਹੀਂ ਸਾਂਭ ਸਕਦੇ ਉਹ ਆਪਣੇ ਹਲਕਿਆਂ 'ਚ ਐਮਐਲਏ ਦਾ ਕੰਮ ਕਰਨ ਫਿਰ ਉਹਨਾਂ ਨੂੰ ਪਤਾ ਲੱਗੂਗਾ ਜਦੋਂ ਆ ਝੰਡੀ ਹਿੱਲਦੀ ਹੈ ਨਾ ਮੂਰੇ ਗੱਡੀਆਂ ਜਾਂਦੀਆਂ ਏ ਇੱਕ ਪਿੱਛੇ ਇੱਕ ਜਿਪਸੀਆਂ ਅੱਗੇ ਲੱਗੀਆਂ ਇਹ ਨੌਜਵਾਨ ਸਾਡੇ ਜਿਹੜੇ ਨੌਜਵਾਨ ਐਮਐਲਏ ਨੇ ਸਾਡੇ ਯੂਥ ਵਾਲੇ ਜਿਹੜੇ ਐਮਐਲਏ ਨੇ ਬਹੁਤ ਬਹੁਤ ਤਜਰਬੇ ਵਾਲੇ ਨੇ ਦੋ ਦੋ ਤਿੰਨ ਤਿੰਨ ਵਾਰ ਬਣ ਗਏ ਨੇ ਉਹਨਾਂ ਨੂੰ ਮੌਕਾ ਦਿਓ ਦੇਖੋ ਕਿਵੇਂ ਚੱਲਦਾ ਕੰਮ ਇਸ ਕਰਕੇ ਇਹ ਵਿਚਾਰੇ ਥੱਕ ਗਏ ਨੇ ਇਹ ਥੱਕ ਗਏ ਨੇ 4.5 ਸਾਲ ਹੁਣ ਇਹ ਲੋਕਾਂ ਤੋਂ ਬਸ ਰਾਹ ਭਜਣਾ ਚਾਹੁੰਦੇ ਆ ਬਚਾਉਣਾ ਚਾਹੁੰਦੇ ਆ ਕਿਉਂਕਿ 4.5 ਸਾਲ ਮੈਂ ਇਹ ਵੀ ਨਹੀਂ ਕਹੂੰਗਾ ਜੇ ਇਹਨਾਂ ਨੇ ਕੁਝ ਨਹੀਂ ਕੀਤਾ ਇਹਨਾਂ ਦਾ ਸਾਡੀ ਸਰਕਾਰ ਨੇ ਕੁਝ ਨਹੀਂ ਕੀਤਾ ਇਹ ਆਪਣੇ ਆਪਣੇ ਕੰਮ ਦੱਸਣ ਲੋਕਾਂ 'ਚ ਜਾਣ ਤੇ ਆਪਣੇ ਆਪਣੀ ਕੌਂਸ਼ੀਅੰਸੀ ਸਾਹਮਣੇ ਜੇ ਇਹਨਾਂ ਨੂੰ ਡਰ ਲੱਗਦਾ ਆਪਣਾ ਵਿਧਾਨ ਸਭਾ 'ਚ ਇੱਕ ਨੂੰ ਸਾਹਮਣੇ ਉੱਥੇ ਕੰਮ ਕਰਨ ਤੇ ਮੈਂ ਸਮਝਦਾ ਆਪਣੀ ਆਪਣੀ ਵਿਧਾਨ ਸਭਾ ਸਾਹਮਣੇ ਕੱਲਾ ਕੱਲਾ ਆਪਣੀ ਪਰਫਾਰਮੈਂਸ ਦਿਖਾਵੇ ਮੈਨੂੰ ਲੱਗਦਾ ਵੀ ਬਹੁਤਿਆਂ ਨੇ ਇਹ ਇਹ ਡਰ ਤੋਂ ਇਹਨਾਂ ਦਾ ਸਫਾਇਆ ਵਿਧਾਨ ਸਭਾ 'ਚ ਆਪਣੀ ਆਪਣੀ ਸੀਟ ਤੇ ਨਾ ਹੋ ਜੇ ਮੈਨੂੰ ਇਸ ਗੱਲ ਦਾ ਡਰ ਲੱਗਦਾ ਵੀ ਇਹ ਪਹਿਲਾਂ ਹੀ ਜਿਹੜਾ ਕਿਸੇ ਦੇ ਗਲੇ 'ਚ ਪਾਉਣਾ ਚਾਹੁੰਦੇ ਆ ਗੱਲ ਇੰਨੀ ਆ ਕੈਪਟਨ ਰਮਿੰਦਰ ਸਿੰਘ ਦੀ ਕਾਂਗਰਸ ਵਾਸਤੇ ਲੜੀਆਂ ਜੰਗਾਂ ਦੀ ਗੱਲ ਕੀਤੀ ਆ ਉਹਨਾਂ ਦੇ ਤਿਆਗ ਦੀ ਗੱਲ ਕੀਤੀ ਆ ਇਹੀ ਗੱਲਾਂ ਜਿਹੜੇ ਹੁਣ ਉਹਨਾਂ ਨੂੰ ਸੀਐਮ ਤੋਂ ਹਟਾਉਣ ਵਾਸਤੇ ਗੱਲ ਕਰ ਰਹੇ ਨੇ ਉਹ ਵੀ ਕਹਿੰਦੇ ਨੇ ਕਿ ਕੈਪਟਨ ਰਮਿੰਦਰ ਸਿੰਘ ਹੁਣ 2017 ਵਾਲੇ ਕੈਪਟਨ ਰਮਿੰਦਰ ਸਿੰਘ ਨਹੀਂ ਰਹੇ ਉਹ ਵਿਰੋਧੀਆਂ ਦੇ ਨਾਲ ਅਕਾਲੀਆਂ ਦੇ ਨਾਲ ਮਿਲੇ ਹੋਏ ਨੇ 2017 ਦੇ ਵਾਲੇ ਕੈਪਟਨ ਰਮਿੰਦਰ ਸਿੰਘ ਤੇ ਹੁਣ ਦੇ ਕੈਪਟਨ ਰਮਿੰਦਰ ਸਿੰਘ ਦੇ ਵਿੱਚ ਬਹੁਤ ਫਰਕ ਆ ਗਿਆ ਵਾ ਇਹ ਇਹ ਕੌਣ ਕਹਿੰਦਾ ਫਰਕ ਕਿਵੇਂ ਤੁਸੀਂ ਤ੍ਰਿਪਤ ਤੇਜਿੰਦਰ ਬਾਏਵਾਲਾ ਸਾਫ਼ ਕਹਿਣਾ ਹੈ ਕਿ ਕੈਪਟਨ ਮਿੰਦਰ ਸਿੰਘ ਵਿਰੋਧੀਆਂ ਨਾਲ ਮਿਲੇ ਹੋਏ ਨੇ ਮਿਲੇ ਹੋਏ ਨੇ ਤੇ ਉਹ 2017 ਵਾਲੇ ਕੈਪਟਨ ਹੁਣ ਨਹੀਂ ਰਹੇ ਚਲੋ ਇੱਕ ਤਾਂ ਉਹ ਸਪਸ਼ਟ ਕਰਨ ਤ੍ਰਿਪਤ ਤੇਜਿੰਦਰ ਬਾਜਵਾ ਜੀ ਮੇਰੇ ਤਾਂ ਬੱਡੇ ਆ ਸਤਿਕਾਰਯੋਗ ਪਰ ਮੈਂ ਇੱਕ ਗੱਲ ਕਹਿਣਾ 빅 ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਹੀ ਕਾਲੀਆਂ ਨੇ ਵਿਜੀਲੈਂਸ ਦੇ ਕੇਸ ਸਿਟੀ ਸੈਂਟਰ ਅਮਰਸਰ ਵਾਲੇ ਕੇਸ ਇਹ ਉਹਨਾਂ ਤੇ ਪਾਇਆ ਤੇ ਜਿੱਦਣ ਉਹਨਾਂ ਦੀ ਪੋਤੀ ਦਾ ਧੋਤੀ ਦਾ ਉਹਨਾਂ ਦਾ ਵਿਆਹ ਸੀ ਉਦੋਂ 2 ਦਿਨ ਪਹਿਲਾਂ 2 ਦਿਨ ਪਹਿਲਾਂ ਈਡੀ ਦੀਆਂ ਰੇਡਾਂ ਉਹਨਾਂ ਦੇ ਘਰੇ ਹੋ ਰਹੀਆਂ ਸੀ ਤੇ ਉਹ ਬੱਚੀ ਇਹ ਪੁੱਛ ਰਹੀ ਸੀ ਉਹਨਾਂ ਦੀ ਪੋਤੀ ਧੋਤੀ ਇਹ ਪੁੱਛ ਰਹੀ ਸੀ ਵੀ ਕੀ ਮੈਨੂੰ ਵਿਆਹ ਤੋਂ ਪਹਿਲਾਂ ਮੇਰੀਆਂ ਲਾਵਾਂ ਤੋਂ ਪਹਿਲਾਂ ਮੈਨੂੰ ਈਡੀ ਵਾਲੇ ਜੇਲ੍ਹ ਚ ਤਾਂ ਨਹੀਂ ਲੈ ਜਾਣਗੇ ਉਹ ਯਾਰ ਉਹ ਉਹ ਮਿਲ ਜਾਣਗੇ ਉਹ ਮਿਲ ਜਾਣਗੇ ਮੈਨੂੰ ਦੱਸੋ ਦੱਸਈ ਉਹ ਮਿਲ ਜਾਣਗੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਹੋਣ ਉਹਨਾਂ ਦੇ ਨਾਲ ਮਿਲ ਜਾਣਗੇ ਯਾਰ ਕਿਵੇਂ ਇਹ ਗੱਲਾਂ ਕਹਿਣੀਆਂ ਬੜੀਆਂ ਕਦੇ ਮਤਲਬ ਸੋਚ ਸਕਦੇ ਹੋ ਤੁਸੀਂ ਇਹ ਗੱਲਾਂ ਹੁੰਦੀਆਂ ਇੱਕ ਇੱਕ ਮੁੱਖ ਮੰਤਰੀ ਦੀ ਕੁਰਸੀ ਦੀ ਲੜਾਈਆਂ ਇਹ ਕੋਈ ਖੇਡਾਂ ਐ ਵੀ ਬੱਚਿਆਂ ਦੀ ਲੜਾਈ ਆ ਵੀ ਇੱਕ ਦੂਜੇ ਨਾਲ ਰਲੇ ਹੋਏ ਨੇ ਜੀ ਮਿਲੇ ਹੋਏ ਨੇ ਇਹ ਹੋ ਸਕਦਾ ਪੋਸੀਬਲ ਗੱਲ ਮੈਨੂੰ ਮੈਨੂੰ ਐਡੇ ਤਿਆਰ ਬੀ ਆਲੇ ਬੰਦੇ ਨੇ ਅਰੇ ਇਹ ਗੱਲਾਂ ਹੋ ਸਕਦੀਆਂ ਵੀ ਤੁਸੀਂ ਮੈਂ ਮੈਨੂੰ ਕੋਈ ਕਵੇ ਵੀ ਤੁਸੀਂ ਤਾਂ ਜੀ ਆਪਣਾ ਜਿਹੜਾ 41 ਨਾਲ ਤੁਸੀਂ ਰਲੇ ਹੋਏ ਹੋ ਤੁਸੀਂ ਤਾਂ ਜੀ ਬੈਂਸ ਨਾਲ ਰਲੇ ਹੋਏ ਹੋ ਜਾਂ ਤ੍ਰਿਪਤਿੰਦਰ ਬਾਜਵਾਜੀ ਨੂੰ ਕਹੋ ਵੀ ਤੁਸੀਂ ਆਪਣੇ ਹਲਕੇ ਦੇ ਵਿੱਚ ਜਿਹੜਾ ਐਮਐਲਏ ਦਾ ਕੈਂਡੀਡੇਟ ਆ ਉਹਦੇ ਨਾਲ ਤੁਸੀਂ ਰਲੇ ਹੋਏ ਹੋ ਇਹ ਕਦੇ ਹੁੰਦਾ ਹੁੰਦਾ ਹੀ ਆ ਇਹ ਕਦੇ ਪੋਸੀਬਲ ਐ ਇਹ ਗੱਲਾਂ ਕਹਿਣੀਆਂ ਜੋ ਮਰਜ਼ੀ ਆ ਉਨੋ ਜੋ ਮਰਜੀ ਕਹਿ ਦੋ ਪਰ ਇਹ ਗੰਨਾ ਸਿਰਫ ਹਵਾ ਚ ਨੇ ਇਹਦੇ ਉੱਤੇ ਮੈਂ ਸਮਝਦਾ ਇਹ ਆਪਣੇ ਆਪ ਨੂੰ ਕਿਤੇ ਨਾ ਕਿਤੇ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਆ ਵੀ ਕਿਉਂ ਆਪਾਂ ਇੰਨੇ ਘਬਰਾਏ ਆ ਕਿਉਂ ਆਪਾਂ ਇੰਨੇ ਡਰੇ ਆ ਤੁਸੀਂ ਜਿੰਨਾ ਕੁ ਦਿਖਾਉਣਾ ਸੀ ਲੋਕਾਂ ਨੂੰ ਉਹ ਦਿਖਾਤਾ ਵੀ ਭਾਈ ਜੋ ਮਾੜਾ ਕੀਤਾ ਉਹ ਕੈਪਟਨ ਨੇ ਕੀਤਾ ਚੰਗਾ ਜੋ ਕੀਤਾ ਅਸੀਂ ਕੀਤਾ ਚਲੋ ਠੀਕ ਮੰਨ ਗਏ ਹੁਣ ਗੱਲ ਪਰ ਹੁਣ ਅੱਗੇ ਜੇ ਇਹ ਸਰਕਾਰ ਚ ਨਹੀਂ ਰਹਿਣਾ ਫਿਰ ਮੈਂ ਕਹਿਣਾ ਵੀ ਮੈਂ ਕਹਿਣ ਵਾਲਾ ਕੋਈ ਨਹੀਂ ਮੈਨੂੰ ਉਹ ਕਹਿਣਗੇ ਤੂੰ ਤਾਂ ਬਹੁਤ ਛੋਟਾ ਹੈ ਜੀ ਸਾਨੂੰ ਕੌਣ ਸਲਾਹ ਦੇ ਸਕਦਾ ਪਰ ਇਹ ਰੋਜ ਦਾ ਕਲੇਸ਼ ਚੰਗਾ ਨਹੀਂ ਹੁੰਦਾ ਜਿਹੜਾ ਨਹੀਂ ਜਿਹਨੂੰ ਚੰਗਾ ਉਹ ਪਹਿਲਾਂ ਆਪਣੀ ਕੁਰਬਾਨੀ ਤਾਂ ਦਵੇ ਕੈਪਟਨ ਦੀ ਲਾਉਣਾ ਤਾਂ ਬਹੁਤ ਦੂਰ ਦੀ ਗੱਲ ਆ ਉਹ ਕਹਵੇ ਵੀ ਆਹ ਮਾਰੀ ਚੱਕ ਕੇ ਜੀ ਮੈਂ ਆਪਣੀ ਮਿਨਿਸਟਰੀ ਉਹ ਲੋਕਾਂ 'ਚ ਫਿਰ ਸੱਚਾ ਹੋ ਜੇ ਲੋਕਾਂ 'ਚ ਲੋਕਾਂ 'ਚ بڑا ਹੋ ਜੇ ਨਾ ਉਹ ਵੀ ਭਾਈ ਮੈਂ ਤਾਂ ਬਥੇਰੀ ਵਾਰ ਕੈਪਟਨ ਨੂੰ ਕਹਿ ਲਿਆ ਨਹੀਂ ਮੰਨਦਾ ਮੁੱਖ ਮੰਤਰੀ ਉਹ ਹਾਈ ਕਮਾਂਡ ਨੇ ਉਹ ਨੂੰ ਮੁੱਖ ਮੰਤਰੀ ਰੱਖਿਆ ਹੋਇਆ ਏ ਅਸੀਂ ਨਹੀਂ ਭਾਈ ਇਸ ਕੈਬਨਟ 'ਚ ਰਹਿਣਾ ਛੱਡ ਕੇ ਚਾਹੋ ਮੰਤਰੀ ਕਹਿੰਦੇ ਨੇ ਕਿ ਕੈਪਟਨ ਤੇ ਹੁਣ ਵਿਸ਼ਵਾਸ ਨਹੀਂ ਰਿਹਾ ਤੇ ਕੈਪਟਨ ਨੂੰ ਹਟਾਣਾ ਹੀ ਉਹਨ ਇੱਕ ਜਿਹੜਾ ਹੈਗਾ ਮਕਸਦ ਆ ਤੇ ਇਸ ਕਰਕੇ ਹਾਈ ਕਮਾਂਡ ਨੂੰ ਗੁਆਰ ਕਰਾਂਗੇ ਜੇ ਹਾਈ ਕਮਾਂਡ ਨੇ ਨਾ ਕੁਝ ਕੀਤਾ ਤੇ ਫਿਰ ਆ ਕੇ ਦੇਖਾਂਗੇ ਕੀ ਕਰਨਾ ਵਾ ਅਗਲਾ ਸਟੈਪ ਨਹੀਂ ਕੱਲ ਕਿੰਨੇ ਐਮਐਲਏ ਦੇ ਨਾਮ ਦਿੱਤੇ ਸੀ ਉਹਨਾਂ ਨੇ ਕਿੰਨੇ ਪੱਤੀ ਐਮਐਲਏ ਤੇ ਚਾਰ ਜਿਹੜੇ ਮੰਤਰੀ ਉਹਨਾਂ ਨੇ ਦੱਸਿਆ ਸੀਗੇ ਕਿ ਮੀਟਿੰਗ ਅੱਧੇ ਘੰਟੇ ਬਾਅਦ ਕੀ ਹੋ ਗਿਆ ਅੱਧੇ ਘੰਟੇ ਬਾਅਦ ਕੀ ਹੋ ਗਿਆ ਉਹ ਐਮਐਲਏ ਕਿੱਥੇ ਚਲੇ ਗਏ ਤੁਸੀਂ ਮੀਡੀਆ ਜੀ ਰਿਪੋਰਟ ਦਿੱਤੀ ਨਾ ਵੀ ਉਹ ਐਮਐਲਏ ਕਿੱਥੇ ਚਲੇ ਗਏ ਫਿਰ ਕਹਿਣ ਦੀ ਭਾਵੇਂ ਅਭੀ ਉਹ ਚਾਰ ਹੀ ਰਹਿ ਗਏ ਅੱਜ ਵੀ ਮੈਨੂੰ ਲੱਗਦਾ ਤੁਹਾਡਾ ਮੀਡੀਆ ਮਗਰੀ ਸੀ ਉਹ ਚਾਰ ਹੀ ਰਹਿ ਗਏ ਬਾਕੀ ਤਾਂ ਕੋਈ ਗਿਆ ਹੀ ਨਹੀਂ ਇਸ ਕਰਕੇ ਸਾਰੇ ਐਮਐਲਏ ਨੇ ਕਹਿਤਾ ਵੀ ਭਾਈ ਅਸੀਂ ਬਿਲਕੁਲ ਕੈਪਟਨ ਅਬਰਿੰਦਰ ਸਿੰਘ ਦੇ ਜਿਹੜੀ ਇਹ ਸਾਜ਼ਿਸ਼ ਰਚੀ ਆ ਅਸੀਂ ਬਿਲਕੁਲ ਇਹਦੇ ਨਾਲ ਨਹੀਂ ਗਏ ਇਸ ਕਰਕੇ ਉਹ ਤਾਂ ਹਵਾ ਉਦੋਂ ਹੀ ਨਿਕਲ ਗਈ ਕੱਲੇ ਚਾਰ ਮੰਤਰੀ ਉਹਨਾਂ ਤੇ ਵੀ ਮੈਂ ਕਹਿੰਦਾ ਉਹ ਸਤਕਾਰਯੋਗ ਨੇ ਮਾਣਯੋਗ ਨੇ ਪਰ ਨਵੇਂ ਨੌਜਵਾਨਾਂ ਨੂੰ ਮੌਕਾ ਮਿਲੇ ਕੰਮ ਕਰਨ ਜਿਨ੍ਹਾਂ 'ਚ ਜੋਸ਼ ਆ ਜਿਹੜੇ ਥੱਕ ਚੁੱਕੇ ਆ ਉਹਨਾਂ ਨੂੰ ਉਹ ਮੰਤਰੀ ਵੀ ਇਹੀ ਕਹਿ ਰਹੇ ਆ ਕਿ ਨਵੇਂ ਨਵੇਂ ਚਿਹਰੇ ਨੂੰ ਮੌਕਾ ਦੇਣਾ ਚਾਹੀਦਾ ਕਿ ਜਿਹੜਾ ਕੋਈ ਜਿਹੜਾ ਹੈਗਾ ਕੰਮ ਕਰ ਸਕੇ ਤੇ 2022 ਦੀ ਚੋਣਾਂ ਜਿਤਾ ਸਕਣ ਕੈਪਟਨ ਰਮਿੰਦਰ ਸਿੰਘ 2022 ਦੀਆਂ ਚੋਣਾਂ ਜਿਤਾਣ ਦੇ ਹੁਣ ਜਿਹੜੇ ਨੇ ਕਾਬਿਲ ਨਹੀਂ ਰਹੇ ਚਾਰਾਂ 'ਚੋਂ ਹੀ ਪੁੱਛ ਲਓ ਵੀ ਕਿਹਨੂੰ ਬਣਾਈਏ ਚਾਰੋਂ ਹੀ ਇੱਕ ਦਾ ਨਾਂ ਲੈ ਦੇਣ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਹੋ ਚਾਰਾਂ ਦੀ ਚਾਰੋਂ ਹੀ ਇੱਕ ਦਾ ਨਾਮ ਲੈ ਦੇਣ ਲੈ ਕੱਲੇ ਜਾ ਕੇ ਕਹਿ ਦੇਣ ਵੀ ਸਾਡੇ ਚਾਰਾਂ ਚੋਂ ਇਹਨੂੰ ਬਣਾ ਦੋ ਲੈ ਇੰਨਾ ਹੀ ਕਹਾ ਲਓ ਮੈਂ ਤੁਹਾਨੂੰ ਇਹ ਇਹ ਤੁਹਾਡੇ ਗੱਲ ਮੂਰੇ ਆ ਜੂਗੀ ਚਾਰੋਂ ਦੇ ਚਾਰੋਂ ਹੀ ਕੈਂਡੀਡੇਟ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਨੂੰ ਪਰਸਨਲ ਰਾਏ ਕੀ ਹੈ ਕਿ ਇਹ ਸਭ ਦੇ ਪਿੱਛੇ ਕਾਰਨ ਕੀ ਹੈ ਮਤਲਬ ਕਿ ਇਕੋਦਮ 4.5 ਸਾਲ ਬਾਅਦ ਇਕੋਦਮ ਪਹਿਲਾਂ ਪ੍ਰਧਾਨਗੀ ਨੂੰ ਲੈ ਕੇ ਜਿਹੜੀ ਹੈਗੀ ਆ ਬਿਆਨਬਾਜ਼ੀ ਆਈ ਪ੍ਰਧਾਨ ਪ੍ਰਧਾਨ ਬਦਲੇ ਗਏ ਨਵਜੋਤ ਸਿੰਘ ਸਿੱਧੂ ਨੂੰ ਲਗਾ ਦਿੱਤਾ ਹੁਣ ਸੀਐਮ ਦੇ ਲੈ ਕੇ ਬਿਆਨਬਾਜ਼ੀ ਆ ਰਹੀਆਂ ਕਾਰਨ ਕੀ ਲੱਗਦੇ ਆ ਪਿੱਛੇ ਇਹ ਸਭ ਦੇ ਪਿੱਛੇ ਮਨਸ਼ਾ ਕੀ ਲੱਗ ਰਹੀ ਇਹ ਤਾਂ ਹਾਈ ਕਮਾਂਡ ਦੀ ਕਮੇਟੀ ਸਮਝਣ ਲੱਗੀ ਰਹੀ ਉਹਨਾਂ ਨੂੰ ਸਮਝ ਨਹੀਂ ਆ ਜੀ ਅੱਪ ਮੈਂ ਤਾਂ ਕੀ ਇਹ ਦੱਸਾਂ ਕਿਸ ਦੇ ਅੰਦਰ ਕੀ ਆ ਆਪਾਂ ਤਾਂ ਲੁਧਿਆਣੇ ਬੈਠੇ ਆ ਤੁਹਾਨੂੰ ਪਤਾ ਹੀ ਆ ਨਾਲੇ ਐਮਪੀ ਤਾਂ ਜਿਹੜੇ ਨੇ ਉਹ ਵੈਸੇ ਵੀ ਦਿੱਲੀ ਰਹਿੰਦੇ ਆ ਜ਼ਿਆਦਾ ਜਾਂ ਆਪਣੇ ਹਲਕਿਆਂ ਚਾਹੁੰਦੇ ਆ ਚੰਡੀਗੜ੍ਹ ਜਿਹੜੇ ਐਮਐਲਏ ਆਂ ਦੀ ਐਮਐਲਏ ਤਾਂ ਨਹੀਂ ਮੈਂ ਕਹੂੰਗਾ ਐਮਐਲਏ ਤਾਂ ਬਚਾਰੇ ਆਪਣੇ ਆਪਣੇ ਕੰਮ ਕਰਦੇ ਆ ਇਹ ਮੰਤਰੀ ਉਹ ਆ ਕੋਸ਼ ਮੰਤਰੀ ਜਿਨ੍ਹਾਂ ਨੂੰ ਇਹ ਤਕਲੀਫ ਆ ਨਾ ਤਾਂ ਕਿਸੇ ਐਮਐਲਏ ਨੂੰ ਕੋਈ ਤਕਲੀਫ ਆ ਐਮਐਲਏ ਨੇ ਇੱਕੋ ਗੱਲ ਕਹੀ ਜਾ ਕੇ ਦਿੱਲੀ ਬਈ ਭਾਈ ਕੈਪਟਨ ਵੀ ਸਾਨੂੰ ਚਾਹੀਦਾ ਨਵਜੋਤ ਸਿੱਧੂ ਵੀ ਚਾਹੀਦਾ ਕੈਪਟਨ ਮੁੱਖ ਮੰਤਰੀ ਉਹਨੇ ਹਾਈ ਕਮਾਂਡ ਨੇ ਫੈਸਲਾ ਕਰਤਾ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾਤਾ ਹੋਰ ਹੁਣ ਦੱਸੋ ਕੀ ਕੀ ਹੁਣ ਚਾਹੀਦਾ ਇਹੀ ਗੱਲਾਂ ਕਹੀਆਂ ਸਾਰੇ ਐਮਐਲਏ ਨੇ ਇਹ ਗੱਲ ਕਹੀ ਆ ਬਈ ਸੋਨੀਆ ਗਾਂਧੀ ਜੀ ਨੂੰ ਵੀ ਇਹ ਗੱਲ ਕਹੀ ਆ ਔਨ ਰਿਕਾਰਡ ਮੈਨੂੰ ਇਹ ਗੱਲ ਮੈਡਮ ਸੋਨੀਆ ਗਾਂਧੀ ਜੀ ਨੇ ਜਦੋਂ ਆ ਪਾਰਲੀਮੈਂਟ ਸੈਸ਼ਨ 'ਚ ਦੋ ਬਣਾਏ ਉਹਨਾਂ ਨੇ ਕਿਹਾ ਵੀ ਸਾਰੇ ਐਮਐਲਓ ਨੇ ਜੋ ਰਿਪੋਰਟ ਹੈ ਇਹ ਕਹਾ ਹੈ ਵੀ ਕੈਪਟਨ ਅਮਰਿੰਦਰ ਸਿੰਘ ਵੀ ਚਾਹੀਏ ਔਰ ਨਮਜੋਤ ਸਿੱਧੂ ਵੀ ਚਾਹੀਏ ਇਸ ਕਰਕੇ ਅਸੀਂ ਫੈਸਲਾ ਕਰਤਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਕਾਂਗਰਸ ਪਾਰਟੀ ਨਮਜੋਤ ਸਿੱਧੂ ਹੋਰ ਫਿਰ ਕੀ ਰਹਿ ਜਾਂਦਾ ਹੁਣ ਨਹੀਂ ਰੀਡ ਕਾ ਤੇ ਯਾਰ ਹੁਣ ਕੱਲਾ ਕੱਲਾ ਬੰਦਾ ਉੱਠ ਕੇ ਕੋਈ ਵੀ ਕੁਝ ਕਹੀ ਜਾਵੇ ਉਦੇ ਨਾਲ ਕੀ ਕੀ ਫਰਕ ਪੈਂਦਾ ਨਾ ਕੋਈ ਹਾਈ ਕਮਾਂਡ ਨੇ ਟਾਈਮ ਅੱਜ ਤੁਹਾਨੂੰ ਪਹਿਲਾਂ ਹੀ ਅੱਜ ਤੁਸੀਂ ਟੂਡੀਐਨਟੀ ਚੈਨਲ ਦਿਖਾ ਰਿਹਾ ਵੀ ਮੋੜ ਤੇ ਉੱਥੋਂ ਕਹਿ ਕੇ ਵੀ 22 ਤੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਹਿਣਗੇ ਤੇ ਅਗਲੀ ਇਲੈਕਸ਼ਨ ਵੀ ਇਹਨਾਂ ਦੀ ਰਹਿਨਮਾਈ ਚਲ ਰਹੀ ਜਾਊਗੀ ਐਂ ਤਾਂ ਕੋਈ ਕੋਈ ਕੁਛ ਕਹੀ ਜਾਵੇ ਮੈਂ ਤਾਂ ਤਾਂ ਹੀ ਕਹਿਣਾ ਵੀ ਹੁਣ ਇੰਨੀ ਕਰਾ ਕੇ ਆਪ ਹੀ ਮਿਨਿਸਟਰੀਆਂ ਛੱਡ ਦੇਣੀਆਂ ਚਾਹੀਦੀਆਂ ਤੇ ਜਿਹੜੇ ਨਵੇਂ ਕੰਮ ਕਰਨ ਆ ਕੇ ਜੋਸ਼ ਨਾਲ ਕੰਮ ਕਰਨ ਕਿਉਂਕਿ ਇਹਨਾਂ ਦਾ ਮਤ ਪੇਦ ਇੰਨਾ ਹੋ ਗਿਆ ਹੁਣ ਤੁਸੀਂ ਸੋਚਦੇ ਹੋ ਵੀ ਇੰਨੀਆਂ ਗੱਲਾਂ ਕਰਕੇ ਮੁੱਖ ਮੰਤਰੀ ਕੈਬਨਿਟ ਚ ਜਾਂ ਮੁੱਖ ਮੰਤਰੀ ਨਾ ਮਹਿਕਮਿਆਂ ਦੇ ਇਸ ਕਰਕੇ ਉਹ ਨੁਕਸਾਨ ਮਹਿਕਮਿਆਂ ਨੇ ਵੀ ਹੋਊ ਪੰਜਾਬ ਦਾ ਵੀ ਹੋਊ ਇਸ ਕਰਕੇ ਹੁਣ ਜਿਹੜੇ ਇਹ ਮਿਨਿਸਟਰ ਨੇ ਇਹਨਾਂ ਨੂੰ ਬਿਲਕੁਲ ਆਪਣੀਆਂ ਮਿਨਿਸਟਰੀਆਂ ਛੱਡ ਦੇਣੀਆਂ ਚਾਹੀਦੀਆਂ ਤੇ ਨਵੇਂ ਬੰਦੇ ਜਿਹੜੇ ਮੁੱਖ ਮੰਤਰੀ ਦਾ ਕੰਮ ਕਰ ਸਕਦੇ ਆ ਉਹਨਾਂ ਨੂੰ ਜਿਹੜਾ ਏ ਉਹ ਮਿਨਿਸਟਰੀਆਂ ਮਿਲਣੀਆਂ ਚਾਹੀਦੀਆਂ ਇੱਕ ਤੁਹਾਡੇ ਦੇ ਵੀ ਲਗਾਤਾਰ ਕਿਹਾ ਜਾਦਾ ਸਕਿਉਰਟੀ ਤੁਹਾਡੀ ਵਧਾਈ ਜਾ ਰਹੀ ਆ ਕਿ ਕਿਹਾ ਜਾਦਾ ਕਿ ਤੁਹਾਡੇ ਵੀ ਗਾਂਧੀ ਪਰਿਵਾਰ ਤੇ ਕਾਂਗਰਸ ਹਾਈ ਕਮੰਡਾ ਜਿੰਨੀਆਂ ਨਜ਼ਦੀਕੀਆਂ ਉਸ ਤੋਂ ਜ਼ਿਆਦਾ ਨਜ਼ਦੀਕੀਆਂ ਭਾਜਪੀ ਦੇ ਨਾਲ ਤੁਹਾਡੀਆਂ ਦੇਖਣ ਨੂੰ ਮਿਲੀਆਂ ਇਸ ਕਰਕੇ ਸਕਿਉਰਟੀ ਨੂੰ ਲੈ ਕੇ ਵੀ ਜਿਹੜੇ ਵਿਰੋਧੀ ਤੁਹਾਡੇ ਤੇ ਬੜੇ ਤੰਗ ਕਰ ਰਹੇ ਨੇ ਚਲੋ ਜੀ ਉਹ ਤਾਂ ਮੇਰੀ ਤਾਂ ਨੇੜ ਤਾਂ ਸਾਰਿਆਂ ਨਾਲ ਜਿਹੜਾ ਵੀ ਕੋਈ ਇਨਸਾਨ ਚੰਗਾ ਹੈ ਮੇਰੀ ਉਹਦੇ ਨਾਲ ਨੇੜਤਾ ਹੈ ਤੇ ਜਿੱਥੇ ਤੱਕ ਭਾਜਪਾ ਦੀ ਗੱਲ ਆ ਸੈਂਟਰ 'ਚ ਸਰਕਾਰ ਉਹਨਾਂ ਦੀ ਆ ਜਿੱਥੇ ਤੱਕ ਪੰਜਾਬ 'ਚ ਗੱਲ ਆ ਉਹ ਸਰਕਾਰ ਕਾਂਗਰਸ ਦੀ ਆ ਜਿੰਨੇ ਵੀ ਸ਼ਿਪਸਨ ਵਾਲੇ ਜਾਂ ਭਾਜਪਾ ਵਾਲੇ ਆ ਜਿਹੜੇ ਵੀ ਥ੍ਰੈਟ ਤੇ ਆ ਤੁਸੀਂ ਦੇਖਦੇ ਆ ਆਪਣੇ ਲੁਧਿਆਣੇ ਚ ਵੀ ਨੇ ਤੇ ਤੁਸੀਂ ਕੀ ਕਹੋਗੇ ਵੀ ਜੇ ਉਹਨਾਂ ਨੂੰ ਸਿਕਿਉਰਿਟੀ ਮਿਲੀ ਹੋਈ ਆ ਤਾਂ ਉਹ ਮੁੱਖ ਮੰਤਰੀ ਦੇ ਨੇੜੇ ਨੇ ਕੱਲ ਇੱਕ ਸ਼ਹੀਦ ਪਰਿਵਾਰ ਸਰਦਾਰ ਬਿਅੰਦ ਸਿੰਘ ਜੀ ਦਾ ਜਿਨ੍ਹਾਂ ਨੂੰ ਇੱਕੋ ਮੁੱਖ ਮੰਤਰੀ ਹੋਇਆ ਜਿਨ੍ਹਾਂ ਨੂੰ ਬੰਬ ਨਾਲ ਹੜਾਤਾ ਟੁਕੜੇ ਟੁਕੜੇ ਹੋ ਗਏ ਤੇ ਲਗਾਤਾਰ ਮੈਂ ਗੱਲ ਕਰਨੀ ਨਹੀਂ ਚਾਹੁੰਦਾ ਸੀ ਪਰ ਤੁਸੀਂ ਪੋਲਿਟিক্যাল ਐਂਗਲ ਨਾਲ ਪੁੱਛ ਲਈ ਤਾਂ ਮੈਨੂੰ ਇਹ ਕਰਨੀ ਜ਼ਰੂਰੀ ਹੋਈ ਜੇ ਭਾਜਪਾ ਵਾਲਿਆਂ ਦੀ ਗੱਲ ਕਰੀਏ ਤਾਂ ਅੱਜ ਅਕਾਲੀ ਦਲ ਨਾਲ ਉਹਨਾਂ ਦਾ ਸਮਝੌਤਾ ਨਹੀਂਗਾ ਸਿਕਿਉਰਿਟੀ ਆ ਜਿਹੜੀ ਉਹ ਅੱਜ ਵੀ ਸੁਖਵੀਰ ਸਿੰਘ ਬਾਦਲ ਉਹਨਾਂ ਨਾਲ ਆ ਜਿੰਨੀ ਚਾਹੀਦੀ ਆ بڑے ਬਾਦਲ ਸਾਹਿਬ ਕੋਲ ਚਾਹੀਦੀ ਆ ਮਜੀਠੀਆ ਸਾਹਿਬ ਕੋਲ ਇਨਫਰਮੇਸ਼ਨ ਉਹਨਾਂ ਦੀ ਸੀ ਵੀ ਇਸ ਵळे ਥ੍ਰੈਟ ਘਟ ਤੇ ਮਜੀਠੀਆ ਸਾਹਿਬ ਦੀ ਸਿਕਿਉਰਿਟੀ ਤੁਹਾਨੂੰ ਪਤਾ ਪਿਛਲੇ 6 ਮਹੀਨੇ ਵਿਡਰੋ ਹੋਈ ਉਹੀ ਅਕਾਲੀ ਦਲ ਚ ਨੇ ਉਹੀ ਉਹੀ ਪਰਿਵਾਰ ਉਦੋਂ ਬਾਅਦ ਆ ਮੈਨੂੰ ਵੀ ਪਹਿਲਾਂ ਜਿਹੜੀ ਇਹ ਪੰਜਾਬ ਪੁਲਿਸ ਨੇ ਵਧਾਈ ਸੀ ਕਿਉਂਕਿ ਕੁਝ ਬੰਦੇ ਉਹਨੇ ਗੱਲਾਂ ਦੱਸਣ ਵਾਲੀਆਂ ਨਹੀਂ ਹੁੰਦੀਆਂ ਬਾਹਰ ਮੈਨੂੰ ਵੀ ਨਹੀਂ ਸ਼ੇਅਰ ਕਰਨੀਆਂ ਚਾਹੀਦੀਆਂ ਵੀ ਕੀ ਆ ਕੀ ਇਹਦੇ ਪਿੱਛੇ ਪਰ ਜਿਹੜਾ ਇਸ ਸੈਂਟਰ ਸਕਿਉਰिटीज ਨੇ ਜੇ ਕਿਤੇ ਇਹ ਸਿਆਸਤ ਨਾ ਚੱਲਣ ਲੱਗ ਜਾਣਾ ਤਾਂ ਮੈਨੂੰ ਲੱਗਦਾ ਇਸ ਦੇਸ਼ ਦਾ ਫਿਰ ਰਾਬੀ ਰਖਾ ਹੈ ਇਹ ਆਪਣੇ ਦੇਸ਼ ਦੇ ਸਕਿਉਰਿਟੀ ਫੋਰਸਸ ਤੇ ਇਹ ਜਿਹੜਾ ਕਿੰਤੂ ਪਰੰਤੂ ਸ਼ੱਕ ਕਰਨ ਵਾਲੀ ਗੱਲ ਹੈ ਮੈਂ ਸਮਝਦਾ ਬਹੁਤ ਮੰਦ ਮੰਦ ਭਾਗੀ ਗੱਲ ਹੈ ਜਿਹੜਾ ਵੀ ਇਹ ਕਰ ਰਿਹਾ ਕੋਈ ਗੱਲ ਜੇ ਕਿਸੇ ਨੇ ਕੀਤੀ ਆ ਇਹਦਾ ਮਤਲਬ ਉਹਨੂੰ ਆਪਣੀਆਂ ਏਜੰਸੀਜ਼ ਤੇ ਆਪਣੇ ਦੇਸ਼ ਦੀ ਸਿਕਿਉਰਿਟੀ ਤੇ ਉਹਨੂੰ ਵਿਸ਼ਵਾਸ ਨਹੀਂਗਾ ਤੇ ਜਿਹੜਾ Z+ ਸਿਕਿਉਰਿਟੀ ਕਵਰ ਆ ਜਿਹੜੀ ਤੁਸੀਂ ਗੱਲ ਕੀਤੀ ਆ ਇਹ ਤਾਂ ਬਹੁਤ ਹਾਈਐਸਟ ਲੈਵਲ ਤੇ ਰਿਵਿਊ ਹੁੰਦੇ ਆ ਉਹਦੇ ਵਿੱਚ ਤੁਹਾਡੀ ਪੰਜਾਬ ਦੇ ਪੁਲਿਸ ਦੇ ਡੀਜੀ ਸਿਕਿਉਰਿਟੀ ਦੇ ਡੀਜੀ ਇੰਟੈਲੀਜੈਂਸ ਦੇ ਪੰਜਾਬ ਦੇ ਡੀਜੀ ਉਦੋਂ ਬਾਅਦ ਸੀਆਈਡੀ ਦੇ ਉਦੋਂ ਬਾਅਦ ਸਭ ਤੋਂ ਵੱਡੀ ਜਿਹੜੀ ਐਮਐਚਾ ਉਹਦਾ ਰਿਵਿਊ ਹੁੰਦਾ ਉਦੋਂ ਬਾਅਦ ਉੱਥੇ ਆਈਬੀ ਦਾ ਰਿਵਿਊ ਹੁੰਦਾ ਉੱਥੇ ਉਦੋਂ ਬਾਅਦ ਉਹਦਾ ਰੌ ਦੀ ਇਨਫੋਰਮੇਸ਼ਨ ਆਉਂਦੀ ਆ ਉਹਦੇ ਉੱਤਾਂ ਆਧਾਰ ਤੇ ਇਕੱਠੇ ਬਹਿ ਕੇ ਮੀਟਿੰਗਾਂ ਜਿਹੜੀਆਂ ਹੁੰਦੀਆਂ ਨੇ ਉਹਦੇ ਵਿੱਚ ਇਹ ਫੈਸਲੇ ਕੀਤੇ ਜਾਂਦੇ ਆ ਤੇ ਮੈਂ ਜੇ ਜੇ ਮੇਰੀ ਮੈਨੂੰ ਪੁੱਛੋ ਜਿੱਡੀ ਬੰਦਸ਼ ਸਕਿਉਰਿਟੀ ਆ ਜੇ ਤਾਂ ਪਰਮਾਤਮਾ ਇਹਨੂੰ ਦੂਰ ਰੱਖੇ ਤਾਂ ਗੱਡੀਆਂ ਜਾਂਦੀਆਂ ਚੰਗੀਆਂ ਲੱਗਦੀਆਂ ਤੁਹਾਡੀ ਆਪ ਦੀ ਕੋਈ ਪਰਸਨਲ ਜ਼ਿੰਦਗੀ ਨਹੀਂ ਆ ਹੁਣ ਮੈਂ ਕਿਸੇ ਨਾਲ ਗੱਲ ਕਰ ਸਕਦਾ ਇੱਥੇ ਵੀ ਵਿੱਚ ਡਰਾਇੰਗ ਰੂਮ ਦੇ ਵੀ ਇਹ ਖੜੇ ਨੇ ਬਾਹਰ ਗੇਟ ਤੋਂ ਤੁਸੀਂ ਨਹੀਂ ਨਿਕਲ ਸਕਦੇ ਜੇ ਨਿਕਲਣਾ ਤਾਂ ਤੁਸੀਂ ਸ਼ੀਸ਼ਾ ਥੱਲੇ ਤੁਹਾਡੀ ਬੁਲਟ ਪ੍ਰੂਫ ਗੱਡੀਆਂ ਉਹ ਸ਼ੀਸ਼ਾ ਥੱਲੇ ਕਰਕੇ ਹਵਾ ਵੀ ਨਹੀਂ ਲੈ ਸਕਦੇ ਇਸ ਕਰਕੇ ਇਹ ਤਾਂ ਪਰਮਾਤਮਾ ਇਸ ਗੱਲਾਂ ਤੋਂ ਬਚਾ ਕੇ ਰੱਖੇ ਅਸੀਂ ਤਾਂ ਇਸ ਗੱਲਾਂ 'ਚ ਫਸੇ ਹੋਏ ਆਂ ਇਹ ਜ਼ਿੰਦਗੀ ਐਂ ਹੀ ਰਹਿਣੀ ਆ ਪਰ ਰੱਬ ਮੈਂ ਸਮਝਦਾ ਇਹ ਜਿਹੜੀ ਸਕਿਉਰਿਟੀ ਆ ਗਨਮੈਨ ਇਹਨੂੰ ਕਿਸੇ ਨੂੰ ਲੋੜ ਨਾ ਪਵੇ ਕਦੇ ਪ੍ਰਮਾਤਮਾ ਐਸੇ ਹਾਲਾਤ ਕਰੇ ਇਸ ਮੁਲਕ ਦੇ ਆ ਜਿਹੜੇ ਪਾਕਿਸਤਾਨ ਵਰਗੇ ਦੇਸ਼ ਬੈਠੇ ਆ ਜਿਹੜੇ ਸਾਨੂੰ ਹਮੇਸ਼ਾ ਮਤਲਬ ਐਂ ਦੇਖਦੇ ਰਹਿੰਦੇ ਆ ਵੀ ਕਿਵੇਂ ਜਿਹੜੇ ਹਾਲਾਤ ਆ ਟਿਫਨ ਬੰਬ ਹੁਣ ਅਸਲੀ ਗੱਲ ਜਿਹੜਾ ਖਤਰਾ ਵਧਿਆ ਨਾ ਜਿਹੜਾ ਮੈਂ ਤੁਹਾਨੂੰ ਦੱਸਦਾ ਇੱਕ ਵੱਡਾ ਕਾਰਨ ਕੀ ਹੋਇਆ ਇਹ ਸਕਿਉਰਿਟੀ ਇਹ ਡਰੋਨ ਆਉਣ ਲੱਗੇ ਇਹ ਡਰੋਨ ਉਹ ਨਹੀਂ ਜਿਹੜੇ ਜਿਹੜੇ ਆ ਵਿਆਹ ਤੇ ਆਪਾਂ ਜਿਨ੍ਹਾਂ ਨੂੰ ਕਹਿੰਦੇ ਨੇ ਆ ਵੀ ਆਹ ਜਿਹੜੇ ਵਿਆਹ ਤੇ ਕੈਮਰੇ ਵਾਲੇ ਡਰੋਨ ਇਹ ਡਰੋਨ ਵੱਡੇ ਅੱਜ ਜਿਹੜੇ ਡਰੋਨ ਨੇ ਅੱਜ ਉੱਤੇ ਸਰਵੇਲੈਂਸ ਜਿਹੜੀ ਹੋ ਰਹੀ ਆ ਅਮਰੀਕਾ ਦੇ ਵੱਡੇ ਵੱਡੇ ਡਰੋਨ ਇੱਥੇ ਤੱਕ ਫਿਰਦੇ ਆ ਦੇਖਦੇ ਉੱਤੇ ਵੀ ਟੋਟਲ ਡਰੋਨ ਦੇ ਸਾਰੇ ਉਤੋਂ ਇੱਕ ਦੂਜੀ ਦੁਨੀਆ ਦੇਖੀ ਜਾ ਰਹੀ ਆ ਤੇ ਉਹ ਐਡੇ ਵੱਡੇ ਆ ਜਿਹੜਾ ਕਮਰਾ ਏ ਐਡੇ ਡੇ ਵੱਡੇ ਡਰੋਨ ਨੇ ਜਿਹੜਾ ਪੇ ਲੋਡ ਚੱਕ ਕੇ ਅੱਗੇ ਸੀ ਫੈਂਸਿੰਗ ਆ ਗਈ ਸੀ ਫੈਂਸਿੰਗ 'ਚ ਇਹ ਕੰਮ ਰੁਕ ਗਿਆ ਸੀ ਹੁਣ ਅਸੀਂ ਇਸ ਤੇ ਮੀਟਿੰਗ ਵੀ ਮੈਂ ਹੋਮ ਕਮੇਟੀ ਦਾ ਮੈਂਬਰ ਵੀ ਆ ਸੀ ਬੜਾ ਭਾਰੀ ਰਿਵਿਊ ਇਸ ਤੇ ਕੀਤਾ ਜੰਮੂ ਕਸ਼ਮੀਰ ਵੀ ਜਾ ਕੇ ਕੀਤਾ ਉੱਥੇ ਦੇ ਡੀਜੀਪੀ ਸੀਆਰਪੀ ਆਈਟੀਬੀਪੀ ਬੀਐਸਐਫ ਸਾਰੇ ਡੀਜੀ ਬੈਠੇ ਵੀ ਇਹਦਾ ਇਲਾਜ ਕੀ ਕਰੀਏ ਹਜੇ ਇਜ਼ਰਾਈਲ ਦੇ ਕੋਲ ਹੈ ਰਸ਼ੀਆ ਦੇ ਕੋਲ ਹੈ ਇਹ ਬਹੁਤ ਵੱਡਾ ਈਤੰਤਰ ਲਿਆਉਣੇ ਪੈਣੇ ਆ ਜਿਹੜੇ ਕਿ ਸਿਰਫ ਅੱਜ ਜਿਹੜਾ ਅੱਜ ਇੰਡੀਆ ਦੇ ਕੋਲ ਜਿਹੜੇ ਐਨਐਸਜੀ ਦੇ ਕੋਲ ਨੇ ਇਕੱਲੇ ਐਨਐਸਜੀ ਦੇ ਕੋਲ ਇਹ ਡਰੋਨ ਨੂੰ ਰੋਕਣ ਦੇ ਉਹ ਵੀ 3 ਮਿੰਟ ਨੇ ਸਾਡੇ ਕੋਲ ਕੁੱਲ 3 ਮਿੰਟ 3 ਮਿੰਟ ਦੇ ਵਿੱਚ ਜੇ ਉਹ ਬੰਬ ਚੱਕ ਕੇ ਉਹ ਬਾਰਡਰ ਪਾਰ ਕਰ ਗਿਆ ਜੇ ਉਹ ਨੂੰ ਬਾਰਡਰ ਪਾਰ ਕਰ ਗਿਆ ਤੇ ਉਹ ਨੂੰ ਡਰੋਨ ਨੂੰ ਸਿੱਟਣਾ ਹੈ ਆਪਾਂ ਉਹਦੇ ਨਾਲ ਤਾਂ ਬੰਬ ਬੰਨੇ ਆਏ ਜੇ ਉਹ ਨੂੰ ਸਿੱਟ ਵੀ ਲਵਾਂਗੇ ਤਾਂ ਬੰਬ ਤਾਂ ਫਟੂਗਾ ਨਾ ਉਹ ਡਰੋਨ ਸਾਨੂੰ ਉਧਰਲੇ ਪਾਸੇ ਜਿਹੜੇ ਪਾਕਿਸਤਾਨ ਤੋਂ ਚਾੜਦੇ ਆ ਉਹ ਡਰੋਨ ਸਾਨੂੰ ਉਹ 3 ਮਿੰਟ ਦਾ ਟਾਈਮ ਆ ਸਾਡੇ ਕੋਲ ਵੀ ਉਹਨੇ ਚੜਨਾ ਵੀ ਆ ਅਸੀਂ ਸਾਨੂੰ ਪਤਾ ਇਨਫਾਰਮੇਸ਼ਨ ਵੀ ਲਗਣੀ ਆ ਤੇ ਅਸੀਂ ਉਹਨੂੰ ਦੁਬਾਰਾ ਨਿਊਟਰਲਾਈਜ਼ ਵੀ ਕਰਨਾ ਹੈ ਉੱਥੇ ਇਸ ਕਰਕੇ ਇਹ ਡਰੋਨ ਵਾਲਾ ਜਿਹੜਾ ਖਤਰਾ ਹੈ ਇਹ ਬਹੁਤ ਘਾਤਕ ਆ ਨਸ਼ੇ ਤਾਂ ਲੈ ਕੇ ਆ ਹੀ ਰਿਆ ਪਰ ਜੇ ਉਹ ਬਰੂਦ ਲੈ ਕੇ ਆ ਰਿਆ ਬੰਬ ਲੈ ਕੇ ਆ ਰਿਆ ਨਾਲ ਜੇ ਉਹ ਆਪਣੇ ਬਾਰਡਰ ਚ ਵੜ ਗਿਆ ਤੇ ਉਹਨੂੰ ਜੇ ਸਿੱਟਣਾ ਵੀ ਆ ਤੇ ਉਹਦੇ ਵਿੱਚ ਬੰਬ ਨੇ ਜਿਹੜੇ ਉਹ ਸਾਡੀ ਧਰਤੀ ਤੇ ਫਟਣੇ ਆ ਆ ਕੇ ਨੁਕਸਾਨ ਕਰ ਸਕਦੇ ਇਹ ਇਸ ਕਰਕੇ ਵੀ ਇਹ ਜਿਹੜੇ ਰਿਵਿਊਜ਼ ਨੇ ਸਿਕਿਉਰਟੀ ਦੇ ਬੜੇ ਭਾਰੀ ਇਹ ਹੋ ਰਹੇ ਆ ਪਰ ਆਉਣ ਵਾਲੇ ਦਿਨਾਂ ਚ ਜਿਹੜੀ ਸੈਂਟਰਲ ਫੋਰਸੇਸ ਨੇ ਦੇਸ਼ ਦੀਆਂ ਫੋਰਸੇਸ ਨੇ ਉਹ ਲੱਗੀਆਂ ਹੋਈਆਂ ਕਿਉਂਕਿ ਇਹ ਬਹੁਤ ਵੱਡਾ ਚਾਹੇ ਆਪਣਾ ਪਾਕਿਸਤਾਨ ਦਾ ਬਾਰਡਰ ਰਾਜਸਥਾਨ ਦਾ ਬਾਰਡਰ ਗੁਜਰਾਤ ਦਾ ਬਾਰਡਰ ਇਹ ਜੰਮੂ ਕਸ਼ਮੀਰ ਦਾ ਬਾਰਡਰ ਇਹ ਡਰੋਨ ਦਾ ਇੱਕ ਬਹੁਤ ਵੱਡਾ ਐਸ ਉਹ ਬੜਾ ਅਲਾਰਮਿੰਗ ਥ੍ਰੈਟ ਆ ਜਿਹਨੂੰ ਦੇਸ਼ ਦੀਆਂ ਫੋਰਸੇਸ ਇਹਨੂੰ ਕੰਟਰੋਲ ਕਰਨ ਚ ਲੱਗੀਆਂ ਹੋਈਆਂ ਇਹਦਾ ਸਿਕਿਉਰਿਟੀ ਦੀ ਗੱਲ ਇਹ ਮੇਰਾ ਲਾਸਟ ਕੁਐਸਚਨ ਆ ਸ਼ੰਕੇਪ ਵਿੱਚ ਚਾਂਸਰ ਚਾਹਾਂਗਾ ਪਿਛਲੇ ਦਿਨਾਂ ਦੇ ਵਿੱਚ ਪਾਰਲੀਮੈਂਟ ਦੇ ਬਾਹਰ ਹਰਸਿਮਰਤ ਕੌਰ ਬਾਦਲ ਦੇ ਨਾਲ ਬਹਿਸ ਹੋਈ ਤੁਹਾਡੀ ਜਿਹੜੀ ਕਾਫੀ ਜਿਹੜੀ ਵਾਇਰਲ ਵੀ ਹੋਈ ਆ ਉਹਨੂੰ ਲੈ ਕੇ ਅਕਾਲੀ ਦਲ ਕਹਿੰਦਾ ਕਿ ਰਵਨੀਤ ਸਿੰਘ ਬਿੱਟੂ ਨੂੰ ਆਪਣੀ ਸ਼ਬਦਾਵਲੀ ਦੇ ਉੱਤੇ ਕੰਟਰੋਲ ਕਰਨਾ ਚਾਹੀਦਾ ਸੀਗਾ ਤੇ ਮੈਂ ਹਰਸਿਮਰਤ ਕੌਰ ਬਾਦਲ ਕੋਲੋਂ ਮਾਫੀ ਮੰਗਣੀ ਚਾਹੀਦੀ ਸੀਗੀ ਦੇਖੋ ਮੈਂ ਸਮਝਦਾ ਜੋ ਹਰਸਿਮਰਤ ਕੌਰ ਬੀਬੀ ਹਰਸਿਮਰਤ ਕੌਰ ਨੇ ਬਾਦਲ ਪਰਿਵਾਰ ਨੇ ਜੋ ਘਾਣ ਪੰਜਾਬ ਦਾ ਕੀਤਾ ਹੈ ਮੈਂ ਸਮਝਦਾ ਕਿਸੇ ਪਰਿਵਾਰ ਨੇ ਨਹੀਂ ਕੀਤਾ ਅਨਪਾਰਲੀਮੈਂਟਰੀ ਵਰਡ ਮੈਂ ਕਹਿ ਰਿਹਾ ਮੈਂ ਤੁਹਾਡੇ ਚੈਲੰਜ ਕਰ ਰਿਹਾ ਚੈਲੰਜ ਮੈਂ ਕੋਈ ਅਨਪਾਰਲੀਮੈਂਟਰੀ ਵਰਡ ਤੁਸੀਂ ਜੀ ਬਾਦਲ ਸਾਹਿਬ ਤੋਂ ਬਗੈਰ ਯੂਜ਼ ਕੀਤਾ ਹੋਵੇ ਮੈਨੂੰ ਵੀ ਪਤਾ ਆਪਣੀ ਮਰਿਆਦਾ ਮੈਂ ਕਦੇ ਵੀ ਉਸ ਮਰਿਆਦਾ ਨੂੰ ਉਹ ਇੱਕ ਲੇਡੀ ਨੇ ਨੰਨੀ ਸ਼ਾ ਨੇ ਤੇ ਮੈਂ ਕਦੇ ਵੀ ਉਹ ਮਰਿਆਦਾ ਕਦੇ ਵੀ ਉਹ ਲੰਘਦਾ ਨਹੀਂ ਇੰਨਾ ਕਿ ਮੈਨੂੰ ਵੀ ਪਤਾ ਏ ਵੀ ਕਿੰਨਾ ਕੁ ਇਸ ਸਮਾਜ ਦੇ ਵਿੱਚ ਕਿਹਨੂੰ ਕਿੰਨੀ ਕੁ ਗੱਲ ਕਰਨੀ ਆ ਪਰ ਮੈਂ ਇੱਕ ਗੱਲ ਮੈਂ ਦੱਸ ਸਕਦਾ ਜੋ ਉਦਨ ਲੋਕਾਂ ਨੇ ਖੁਸ਼ੀ ਮਨਾਈ ਆ ਜੋ ਲੋਕਾਂ ਨੇ ਉਦਨ ਚਾਹ ਮਨਾਇਆ ਵੀ ਜਿਹੜਾ ਇਹਨਾਂ ਦੇ ਮੂਹਰੇ ਅੱਜ ਤੱਕ ਸਾਹਮਣੇ ਪਿੱਛੋਂ ਤਾਂ ਪਿੱਠ ਦੇ ਕੋਈ ਬਿਆਨ ਨਹੀਂ ਦੇ ਹੀ ਜਾਵੇ ਅਖਬਾਰਾਂ 'ਚ ਕੋਈ ਬਿਆਨ ਨਹੀਂ ਦੇ ਹੀ ਜਾਵੇ ਕਿਹਦੀ ਹਿੰਮਤ ਆ ਬਾਦਲ ਦੇ ਮੂਹਰੇ ਖੜ ਕੇ ਬਾਦਲ ਪਰਿਵਾਰ ਦੇ ਹੈ ਸੀ ਕਿਸੇ ਦੀ ਹਰੇਕ ਨੂੰ ਕਹਿ ਦਿੰਦੇ ਆ ਜੀ ਉਹ ਰਲੇ ਆ ਜੀ ਫਲਾਨਾ ਜੀ ਠਮਕੜਾ ਜੀ ਮੈਂ ਮੂਹਰੇ ਚੈਲੰਜ ਕੀਤਾ ਵੀ ਬੀਬੀ ਦੱਸ ਤੁਸੀਂ ਮੈਨੂੰ ਇਹ ਦੱਸੋ ਵੀ ਉਦੋਂ ਜਦੋਂ ਆਰਡੀਨੈਂਸ ਤਿੰਨੋਂ ਤਿੰਨੋਂ ਆਰਡੀਨੈਂਸ ਆਏ ਉਸ ਵੇਲੇ ਕੈਬਨਿਟ ਚ ਮੌਜੂਦ ਸੀ ਜਾਂ ਨਹੀਂ ਤੋਮਰ ਦੇ ਨਾਲ ਮੋਦੀ ਸਾਹਿਬ ਪ੍ਰਧਾਨ ਮੰਤਰੀ ਦੇ ਨਾਲ ਉਸ ਕੈਬਨਿਟ ਚ ਸੀ ਉਸ ਗੱਲ ਦਾ ਜਵਾਬ ਦੇ ਦਿਓ ਜਿਹੜੇ ਅਕਾਲੀ ਦਲ ਵਾਲੇ ਮੈਨੂੰ ਮਾਫੀ ਮੰਗਣ ਨੂੰ ਕਹਿੰਦੇ ਆ ਉਹਨਾਂ ਨੂੰ ਇਹ ਪੱਥਰੋ ਮੈਂ ਮਾਫੀ ਵੀ ਮੰਗੂ ਮੈਂ ਸਮਝਦਾ ਜੋ ਹੋਰ ਕਹਿਣਗੇ ਉਹ ਵੀ ਕਰੂੰ ਜੇ ਇਹ ਜਵਾਬ ਦੇ ਦੇਣ ਵੀ ਤਿੰਨੋਂ ਆਰਡੀਨੈਂਸ ਜਦੋਂ ਪਾਸ ਹੋਏ ਕੈਬਨਿਟ ਦੇ ਵਿੱਚ ਉਸ ਵੇਲੇ ਬੀਬੀ ਹਰਸਿਮਰਤ ਮੌਜੂਦ ਸੀ ਜੇ ਮੌਜੂਦ ਸੀ ਤਾਂ ਇਹ ਭਾਸ਼ਾ ਇਹੀ ਰਹੂਗੀ ਹੋਰ ਸਖਤ ਹੋਊਗੀ ਜੇ ਉਹ ਕਹਿ ਦੇਣ ਸਾਬਤ ਕਰ ਦੇਣ ਮੌਜੂਦ ਨਹੀਂ ਤਾਂ ਮੈਂ ਜਾ ਕੇ ਨੰਗੇ ਪੈਰ ਜਾ ਕੇ ਮਾਫੀ ਮੰਗਣ ਨੂੰ ਤਿਆਰ ਆ ਇਹ ਤਾਂ ਉਹ ਲੋਕ ਨੇ ਸਾਡੀਆਂ ਧੀਆਂ ਪੈਣਾ ਦੇ ਆ ਚੂੜੀਆਂ ਤੇ ਕਿੰਨੇ ਹਜ਼ਾਰ ਧੀਆਂ ਪੈਣਾ ਦੇ ਸਵਾਗ ਉਜਾੜ ਤੇ ਨਸ਼ਾ ਚਿੱਟਾ ਵੇਚ ਕੇ ਇਹ ਜਵਾਬ ਦੇਣਗੇ ਗੁਰੂ ਗ੍ਰੰਥ ਸਾਹਿਬ ਦੀ ਕਹਿ ਦਿੰਦੇ ਨੇ ਕਹਿ ਦਿੰਦੇ ਨੇ ਵੀ ਫਿਰ ਤੁਸੀਂ ਕਰ ਦੇ ਕਿਉਂ ਨਹੀਂ ਕਿਉਂਕਿ ਕੋਟ ਬੈਠੇ ਆ ਵੀ ਅਦਵੀ ਆ 27 ਤਰੀਕ ਨੂੰ ਆ ਖੁੱਲਣੀ ਹੈ ਨਸ਼ੇ ਦੀ ਰਿਪੋਰਟ ਇੱਕ ਅੱਧੀ ਹੋਰ ਤਰੀਕ ਪੈ ਜੂ ਵੱਧ ਤੋਂ ਵੱਧ ਉੱਚ ਪਤਾ ਲੱਗ ਜਾਊਗਾ ਵੀ ਕੀ ਕੀਤਾ ਏ ਇਸ ਕਰਕੇ ਇਹ ਜਿਹੜੇ ਕਹਿੰਦੇ ਆ ਇਹ ਸਿਰਫ ਉਹਨਾਂ ਦੇ ਗੁਲਾਮ ਨੇ ਉਹਨਾਂ ਦੇ ਖੁਸ਼ਾਮ ਜੀਦ ਕਰਨ ਵਾਲੇ ਨੇ ਇਹ ਤਾਂ ਦੇਖੋ ਵੀ ਭਾਈ ਬਾਦਲ ਸਾਹਿਬ ਨੇ ਥੋੜਿਆਂ ਨੇ ਕੀਤਾ ਕੀ ਆ 10 ਸਾਲ ਉਤਾ ਕੋਈ ਜਵਾਬ ਉਸ ਗੱਲ ਦਾ ਜਵਾਬ ਤਾਂ ਮੰਗੋ ਇਹਨਾਂ ਤੋਂ ਵੀ ਤੁਸੀਂ ਕੀਤਾ ਕੀ ਆ ਕਿ ਬੇਰੇ ਕੋਲ ਐਸੀ ਕਿ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਜਿਨ੍ਹਾਂ ਦਾ ਕਹਿਣਾ ਹੈ ਕਿ ਜਿਹੜੇ ਮੰਤਰੀ ਹੁਣ ਕੈਪਟਨ ਅਮਿੰਦਰ ਸਿੰਘ ਦਾ ਅਸਤੀਫਾ ਮੰਗਦੇ ਨੇ ਉਹ ਪਹਿਲਾਂ ਲੋਕਾਂ ਨੂੰ ਆਪਣੀ ਪਰਫਾਰਮੈਂਸ ਦੱਸਣ ਕਿ ਉਹਨਾਂ ਨੇ 45 ਸਾਲ ਕੀਤਾ ਕੀ ਆ ਤੇ ਹੁਣ ਆਪਣੀਆਂ ਜਿਹੜੀਆਂ ਮੰਤਰੀਆਂ ਛੱਡ ਕੇ ਆਪਣੇ ਹਲਕਿਆਂ ਦੇ ਵਿੱਚ ਜਾਣ

ক্যামেরামা রোহিত দে ਨਾਲ বিবেকਤਾ দৈনিক সোরা টিভি Ludhiana अलीशा बेगम एक औरत एक औरत ही समझ है रूहानी काली शक्तियां मालकान दुनिया का सब तो चमत्कारी मेरे को ले। मेरे है कोई कट नहीं काला इल्म करना आते तोड़ना हर एक बस की गल नहीं परेशानी जिम्मे लव मैरिज पति पत्नी चगड़ा स्वतंत्र छुटकारा तलाक केस बुरे सपने विदेश यात्रा बुरी संगत या नशा छुड़ा बीमारी च दवा न लगना वशीकरण एक सच्चाई है वशीकरण करवाओ मन चाह प्यार पाओ किस्मत च लॉटरी का योग है जा नहीं सच्चाई जानो लॉटरी नंबर पाओ भावे छह सौ उन्जा होगा जोटोमैक्स ग्यारह घंटे करवाओ हर परेशानी का हल घर बैठे अस्टाम पेपर से लिख के लवो कम की गरंटी ਜੇ ਕਹੜੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ ਅਲੀਸ਼ਾ ਬੇਗਮ ਵਰਲਡ ਫੇਮਸ ਬਾਬਾ ਸਲੀਮ ਖਾਨ ਇੱਕ ਹੀ ਵਾਰ 골ਡ ਮੈਡਲਿਸਟ ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਇੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ ਜਿਵੇਂ ਚਾਹੋਗੇ ਓਵੇਂ ਹੋਏਗਾ ਇਟਸ ਮਾਈ ਪ੍ਰੋਮਿਸ ਇਮੀਡੀਏਟਲੀ ਰਿਜ਼ਲਟ ਓਪਨ ਚੈਲੰਜ ਇਲਮਾ ਦੇ ਮਾਹਿਰ A to Z ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ ਵਸ਼ੀਕਰਨ ਅਤੇ ਮੁੱਠ ਕਰਨੀ ਲਵ ਮੈਰਿਜ ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ ਪੱਕਾ ਕੰਮ ਪੱਕਾ ਹੱਲ 101 ਫੀਸਦੀ ਗਾਰੰਟੀ ਅਸ਼ਟਾਮ ਪੇਪਰ ਸਮੇਤ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ ਨੌਕਰੀ ਪ੍ਰਮੋਸ਼ਨ ਕਾਰੋਬਾਰ ਚ ਪਰੇਸ਼ਾਨੀ ਘਰ ਚ ਝਗੜਾ ਕੋਰਟ ਕੇਸ ਤਲਾਕ ਪ੍ਰਾਪਰਟੀ ਝਗੜਾ ਪਤੀ ਪਤਨੀ ਚਨਪਨ ਜਾਂ ਦੁਟੋਨਾ ਮਨਮੋਣੀ ਵਸ਼ੀਕਰਨ ਕਰਵਾਓ ਜਾਂ ਤੜਵਾਓ ਰੁਸੇ ਨੂੰ ਮਣਾਉਣਾ ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 9819937460